ਦੋਸਤੋ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਸਮੂਹ ਦਰਸ਼ਕਾਂ ਨੂੰ ਹਰਵਿੰਦਰ ਰਿਆੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਤੁਸੀਂ ਕੱਲ੍ਹ ਨਿਊਜਰਸੀ ਦੀ ਸਟੇਟ ਅਸੈਂਬਲੀ ਤੋਂ ਸਾਡਾ ਪ੍ਰੋਗਰਾਮ ਜਿਹੜਾ ਸੀ ਉਹ ਇੱਕ ਪਾਏਦਾਰ, ਮਿਆਰੀ ਔਰ ਇਤਿਹਾਸਕ ਪੈੜਾਂ ਛੱਡਦਾ ਹੋਇਆ ਪ੍ਰੋਗਰਾਮ ਜਿਹੜਾ ਤੁਸੀਂ ਉਹ ਦੇਖਿਆ, ਅੱਜ ਉਸ ਦੇ ਸੰਦਰਭ ਦੇ ਵਿੱਚ ਹੀ ਅਸੀਂ ਜਿਹੜਾ ਉਹ ਪ੍ਰੋਗਰਾਮ ਕਰ ਰਹੇ ਹਾਂ। ਕਿਉਂਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਖੂਬਸੂਰਤ ਸ਼ੇਅਰ ਹੈ ਕਿ ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਪੇ ਰੋਤੀ ਰਹੀ, ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦਿਦਾਰੇ ਪੈਦਾ। ਔਰ ਇਹੋ ਜਿਹੀ ਗੱਲ ਹੁੰਦੀ ਹੈ ਕਿ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਦੇ ਵਿੱਚੋਂ, ਪੰਜਾਬ ਦੀ ਧਰਤੀ ਦੇ ਵਿੱਚੋਂ ਉੱਠ ਕੇ, ਮੈਂ ਜੇਕਰ ਇਹ ਸ਼ਬਦ ਖਾਵਾਂ ਕਿ ਅਸੀਂ ਬਾਕਾਇਦਾ ਤੌਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਦਾ ਵੀ ਸ਼ਿਕਾਰ ਹੋਏ, ਅਸੀਂ ਆਪਣੇ ਆਪ ਦੇ ਵਿੱਚ ਲੁੱਟੇ ਪੁੱਟੇ ਵੀ ਗਏ, ਘਰਾਂ ਦੇ ਘਰ ਉੱਜੜੇ ਵੀ, ਬੜੇ ਦੁਖਾਂਤਕ ਸਮਿਆਂ ਦੇ ਵਿੱਚੋਂ ਨਿਕਲ ਕੇ ਪੰਜਾਬ ਦਾ ਸਿੱਖ ਜਿਹੜਾ ਉਹ ਵਿਦੇਸ਼ ਦੀ ਧਰਤੀ ਦੇ ਉੱਤੇ ਆ ਕੇ ਵਸਿਆ। ਪਰ ਉੱਥੇ ਗੱਲ ਇਹ ਕਰਨੀ ਬਣਦੀ ਹੈ ਕਿ ਦਸਮੇਸ਼ ਤੇਰੀ ਕੌਮ 'ਤੇ ਝੁੱਲੀਆਂ ਬਥੇਰੀਆਂ, ਪਰ ਬਚਦੇ ਰਹੇ ਹਾਂ ਫਿਰ ਵੀ ਰਹਿਮਤਾਂ ਨੇ ਤੇਰੀਆਂ। ਔਰ ਸਾਡੀ ਸਿੱਖ ਕੌਮ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਵਿਦੇਸ਼ਾਂ ਦੇ ਉੱਤੇ ਗੁਰੂ ਦੇ ਆਸਰੇ ਨਾਲ, ਗੁਰੂ ਦੀ ਓਟ ਦੇ ਨਾਲ ਔਰ ਆਪਣੀ ਮਿਹਨਤ ਮਸ਼ੱਕਤ ਅਤੇ ਦਿਆਨਤਦਾਰੀ ਦੇ ਨਾਲ, ਮੈਂ ਸਮਝਾਂਗਾ ਕਿ ਆਬਾਦੇ ਕੌਮ ਜਿਹੜੀ ਹੈ ਉਹ ਨਸ਼ਰ ਹੋਈ, ਆਬਾਦ ਹੋਈ, ਜਿੱਥੇ ਆਪਣੀ ਆਈਡੈਂਟੀ ਜਿਹੜੀ ਸੀ ਇਹੋ ਜਿਹੇ ਬਹੁਤ ਹੀ ਪ੍ਰਸਿੱਧ ਮੁਲਕਾਂ ਦੇ ਵਿੱਚ ਅਸੀਂ ਬਣਾਈ। ਔਰ ਕੈਨੇਡਾ ਤੋਂ ਬਾਅਦ ਅਮਰੀਕਾ ਦੀ ਉਹ ਧਰਤੀ ਹੈ ਜਿੱਥੇ ਮੈਂ ਸਮਝਾਂਗਾ ਕਿ ਬਹੁਤ ਲੇਟ ਪ੍ਰਵਾਸ ਹੋਇਆ ਸਾਡੇ ਸਿੱਖਾਂ ਦਾ, ਪਰ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਹੀ ਇਹ ਉਮੀਦਾਂ ਦੇ ਸੂਰਜ ਸਾਨੂੰ ਨਜ਼ਰ ਆਉਣ ਲੱਗੇ ਕਿ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਹੀ ਆਪਣੇ ਸਿੱਖ ਕੌਮ ਨੂੰ ਰਾਜਨੀਤਿਕ ਦਿਸਹੱਦਿਆਂ ਦੇ ਉੱਤੇ ਕੈਨੇਡਾ ਦੀ ਧਰਤੀ ਵਾਂਗ ਖੜ੍ਹੇ ਜ਼ਰੂਰ ਕਰ ਲਵਾਂਗੇ। ਇਹ ਹਨ ਕੋਸ਼ਿਸ਼ਾਂ, ਕਿਉਂਕਿ ਸਾਡੀ ਅਗਲੀ ਜਿਹੜੀ ਪੀੜ੍ਹੀ ਹੈ ਉਸ ਵਾਸਤੇ ਇਹ ਕੋਸ਼ਿਸ਼ਾਂ ਉਜਾਗਰ ਹੋਈਆਂ। ਔਰ ਜਿਵੇਂ ਤੁਸੀਂ ਕੱਲ੍ਹ ਦੇਖਿਆ ਕਿ ਕਿਸ ਢੰਗ ਦੇ ਨਾਲ ਪਿਛਲੇ ਵਰ੍ਹੇ ਹੀ ਇੰਟਰੋਡਿਊਸ ਹੋਏ ਬਿੱਲ, ਕਿ ਅਪ੍ਰੈਲ ਦਾ ਮਹੀਨਾ ਜਿਹੜਾ ਉਹ ਸਿੱਖ ਅਵੇਅਰਨੈਸ ਜਿਹੜਾ ਮੰਥ ਹੈ ਉਸ ਵਜੋਂ ਮਨਾਇਆ ਜਾਏਗਾ। ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਫਰਵਰੀ ਜਿਵੇਂ ਸਿਆਹ ਮੂਲ ਦੇ ਲੋਕਾਂ ਦਾ ਮਹੀਨਾ, ਸਿਆਹ ਮੂਲ ਦੇ ਲੋਕਾਂ ਦਾ ਇਤਿਹਾਸ ਪੜ੍ਹਾਇਆ ਜਾਂਦਾ, ਆਇਰਿਸ਼ ਦਾ ਜਿਹੜਾ ਹੈ ਉਹ ਮਾਰਚ ਹੈ। ਔਰ ਮੈਂ ਬੜੇ ਮਾਣ ਨਾਲ ਕਹਾਂਗਾ ਕਿ ਖਾਲਸਾ ਪੰਥ ਦੀ ਸਾਜਨਾ ਦਾ ਉਹ ਮਹੀਨਾ ਜਿੱਥੇ ਮੈਂ ਸਮਝਾਂਗਾ ਕਿ ਗੁਰੂ ਨਾਨਕ ਦੇਵ ਜੀ ਦੇ ਮਾਨਸ ਕੀ ਜਾਤ ਸੱਭੇ ਦੇ ਇੱਕ ਕਨਸੈਪਟ ਨੂੰ ਦਸਵੇਂ ਜਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਇੱਕ ਪ੍ਰੈਕਟੀਕਲ ਰੂਪ ਦੇ ਕੇ ਜਾਤ ਪਾਤ ਤੋਂ ਕੌਮ ਨੂੰ ਮੁਕਤ ਕਰਕੇ ਇੱਕ ਸਿੱਖਾਂ ਦੀ ਕੌਮ, ਸਿੰਘਾਂ ਦੀ ਕੌਮ, ਸ਼ੇਰਾਂ ਦੀ ਕੌਮ ਜਿਹੜੀ ਉਹ ਪੈਦਾ ਕੀਤੀ। ਔਰ ਅਸੀਂ ਅੱਜ ਤੱਕ ਸਾਡੀਆਂ ਉਹ ਨਸਲਾਂ 1699 ਤੋਂ ਲੈ ਕੇ ਹੁਣ ਤੱਕ ਉਹ ਜਜ਼ਬੇ ਨੂੰ ਅੰਦਰ ਲੈ ਕੇ ਜਿਉਂਦੀਆਂ ਨੇ। ਕੁਰਬਾਨੀਆਂ ਭਰੀ ਕੌਮ ਨੇ ਆਪਣਾ ਇਤਿਹਾਸ ਜਿਹੜਾ ਉਹ ਦੁਨੀਆ ਦੇ ਦਿਸ ਹੱਦਿਆਂ ਦੇ ਉੱਤੇ ਦੱਸਿਆ। ਔਰ ਮੈਂ ਇਹ ਸਮਝਾਂਗਾ ਕਿ ਇਸ ਕੌਜ਼ ਵਾਸਤੇ ਜਿੱਥੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਔਰ ਖਾਸ ਤੌਰ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਭਰ ਦੇ ਸਿੱਖਾਂ ਦੀ ਦੁੱਖ ਸੁੱਖ ਦੇ ਵਿੱਚ ਨੁਮਾਇੰਦਗੀ, ਮੰਗਾਂ ਦੇ ਹੱਕ ਦੇ ਵਿੱਚ ਨੁਮਾਇੰਦਗੀ, ਕੀ ਕੌਮ ਨੂੰ ਚਾਹੀਦਾ, ਭਾਵੇਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਾਰੇ ਦੇ ਰੂਪ ਦੇ ਵਿੱਚ ਨਹੀਂ, ਭਾਵੇਂ ਕਿ ਉਹ ਗਰਾਊਂਡ ਲੈਵਲ ਦੇ ਉੱਤੇ ਨਹੀਂ ਦਿਖਦੀਆਂ, ਪਰ ਹਰ ਮਹੀਨੇ ਸਿੱਖ ਕੌਕਸ ਵੱਲੋਂ ਕੀਤੇ ਜਾਂਦੇ ਜਿਹੜੇ ਇੱਕ ਬਹੁਤ ਹੀ ਉੱਦਮ ਹੈ, ਇਹ ਸਮੁੱਚੇ ਉੱਦਮਾਂ ਸਦਕਾ ਨਿਊਜਰਸੀ ਸਟੇਟ ਦੇ ਸਮੁੱਚੇ ਗੁਰਦੁਆਰੇ, ਨਿਊਜਰਸੀ ਔਰ ਟ੍ਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ, ਉਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਗੱਲ ਨੇਪਰੇ ਨਹੀਂ ਸੀ ਚੜ੍ਹ ਸਕਦੀ ਕਿ ਕੱਲ੍ਹ ਜੋ ਸੈਨੇਟ ਦੇ ਵਿੱਚ ਹੋਇਆ ਕਿ ਗਵਰਨਰ ਵੱਲੋਂ ਇਹ ਲਾਅ ਪਾਸ ਕਰ ਦਿੱਤਾ ਗਿਆ, ਔਰ ਦੂਜੀਆਂ ਕਮਿਊਨਿਟੀਆਂ ਦੇ ਬੱਚਿਆਂ ਨੂੰ, ਕਿਉਂਕਿ ਇਸ ਗੱਲ ਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ 9/11 ਤੋਂ ਬਾਅਦ ਵੀ ਅਸੀਂ ਆਪਣੇ ਨਗਰ ਕੀਰਤਨ ਕੱਢਣੇ ਸ਼ੁਰੂ ਕੀਤੇ, ਪਰ ਉਹ ਨਗਰ ਕੀਰਤਨ ਇੱਕ ਬਹੁਤ ਵਧੀਆ ਉਪਰਾਲਾ ਹੈ, ਸਾਡਾ ਧਾਰਮਿਕ ਕਲਚਰ ਅਤੇ ਸੱਭਿਅਤਾ ਉਸ ਦਾ ਇੱਕ ਝਲਕਾਰਾ ਪਾਉਂਦਾ ਹੈ। ਪਰ ਮਸਲਾ ਇਸ ਗੱਲ ਦਾ ਸੀ ਕਿ ਉਸ ਗੱਲ ਦਾ ਸੰਦੇਸ਼, ਉਸ ਗੱਲ ਦਾ ਮੈਸੇਜ ਅਸੀਂ ਸਿਰਫ ਅਤੇ ਸਿਰਫ ਜ਼ਿਆਦਾਤਰ ਜਿਹੜਾ ਸੀ ਉਹ ਆਪਣੀ ਕਮਿਊਨਿਟੀ ਤੱਕ ਹੀ ਦੇਣ ਤੱਕ ਜਿਹੜੇ ਸੀ ਉਹ ਸੀਮਤ ਰਹੇ। ਸਾਡੇ ਬੱਚਿਆਂ ਨੂੰ 9/11 ਤੋਂ ਬਾਅਦ ਸਕੂਲਾਂ ਦੇ ਵਿੱਚ ਬੁਲਿੰਗ ਦਾ ਸ਼ਿਕਾਰ ਹੋਣਾ ਪਿਆ। ਔਰ ਇਹੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਨੇ ਅਗਵਾਈ ਸੰਭਾਲਣੀ ਹੈ, ਔਰ ਜਿਹੜੇ ਅੱਜ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਸਿੱਖ ਇੱਕ ਵੱਖਰੀ ਕੌਮ ਹੈ, ਸਿੱਖਾਂ ਦੀ ਇੱਕ ਵੱਖਰੀ ਆਈਡੈਂਟੀ ਹੈ, ਸਿੱਖਾਂ ਦੇ ਕੰਮ ਕੀ ਨੇ, ਸਿੱਖਾਂ ਦੀ ਤੌਫੀਕ ਕੀ ਹੈ, ਉਸ ਸਾਰੀ ਚੀਜ਼ ਨੂੰ ਮੈਂ ਸਮਝਾਂਗਾ ਕਿ ਦੱਸਣ ਵਾਸਤੇ ਨਿਊਜਰਸੀ ਇੱਕ ਪਹਿਲੀ ਸਟੇਟ ਹੋਈ ਹੈ ਕਿ ਜਿੱਥੇ ਲਾਅ ਪਾਸ ਹੋ ਗਿਆ ਕਿ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਹੈ ਉਹ ਲਿਟਰੇਚਰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਏਗਾ, ਸਿੱਖ ਇਤਿਹਾਸ ਜਿਹੜਾ ਹੈ ਉਸ ਤੋਂ ਜਾਣੂ ਕਰਵਾਇਆ ਜਾਏਗਾ ਪੂਰਾ ਮਹੀਨਾ। 12 ਮਹੀਨਿਆਂ ਦੇ ਵਿੱਚ ਅੱਜ ਸਿੱਖ ਕੌਮ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਮਹੀਨਾ
ਜਿਹੜਾ ਹੈ ਉਹ ਆਪਣੇ ਪ੍ਰਚਾਰ ਵਾਸਤੇ ਸਕੂਲਾਂ ਦੇ ਵਿੱਚ ਮਿਲਿਆ ਤਾਂ ਜੋ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਸਾਰੀਆਂ ਸਾਡੇ ਤੋਂ ਜਾਣੂ ਹੋਣ ਵੱਖ ਵੱਖ ਕਮਿਊਨਿਟੀਜ਼ ਦੀਆਂ। ਔਰ ਨਾਲ ਦੀ ਨਾਲ ਅੱਜ ਦੇ ਦਿਨ ਜਿਹੜਾ ਸਾਡਾ ਇੱਕ ਰੁਕਿਆ ਹੋਇਆ ਬਿੱਲ ਸੀ, ਰੁਕਿਆ ਹੋਇਆ ਬਿੱਲ ਕੱਲ੍ਹ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਕਿ 14 ਅਪ੍ਰੈਲ ਜਿਹੜਾ ਹੈ ਉਹ ਬਕਾਇਦਾ ਤੌਰ ਦੇ ਉੱਤੇ ਵਿਸਾਖੀ ਵਾਲਾ ਦਿਨ ਸਿੱਖ ਡੇ ਜਿਹੜਾ ਉਹ ਵੀ ਅਪਰੂਵ ਜਿਹੜਾ ਨਿਊਜਰਸੀ ਦੀ ਸਟੇਟ ਦੇ ਦੋਵਾਂ ਹਾਊਸਿਸ ਨੇ ਸਾਡੇ ਕਰ ਦਿੱਤਾ। ਮੈਂ ਸਮੁੱਚੀ ਕੌਮ ਨੂੰ ਇੱਥੇ ਮੁਬਾਰਕਬਾਦ ਦੇਵਾਂਗਾ। ਅੱਜ ਅਸੀਂ ਕਿਵੇਂ ਅੱਗੇ ਹੋਰ ਤੁਰੀਏ, ਬੜਾ ਕੁਛ ਅਸੀਂ ਗਵਾਇਆ, ਖੱਟਿਆ ਘੱਟ ਹੈ ਪਿਛਲੇ ਸਮੇਂ 'ਚ, ਗਵਾਇਆ ਜ਼ਿਆਦਾ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਅਸੀਂ ਆਪਣੇ ਮੇਅਰ, ਆਪਣੇ ਸੈਨੇਟਰ, ਆਪਣੇ ਕਾਂਗਰਸਮੈਨ ਔਰ ਆਪਣੇ ਕੌਂਸਲਮੈਨ ਤੋਂ ਲੈ ਕੇ ਐਜੂਕੇਸ਼ਨ ਬੋਰਡ ਦੇ ਵਿੱਚ ਔਰ ਸਰਕਾਰੀ ਨੌਕਰੀਆਂ ਦੇ ਉੱਤੇ ਅਸੀਂ ਆਪਣੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਦੀ ਨੁਮਾਇੰਦਗੀ ਦੇਖਣਾ ਚਾਹੁੰਦੇ ਹਾਂ। ਔਰ ਇਸ ਕੰਮ ਦੇ ਉੱਤੇ ਸਾਰੀਆਂ ਔਰਗੇਨਾਈਜੇਸ਼ਨਸ ਲੱਗੀਆਂ ਹੋਈਆਂ ਨੇ। ਇਸ ਦੇ ਉੱਤੇ ਚਰਚਾ ਕਰਨ ਵਾਸਤੇ ਮੇਰੇ ਨਾਲ ਅੱਜ ਪੈਨਲ ਦੇ ਉੱਤੇ, ਖਾਸ ਤੌਰ ਦੇ ਉੱਤੇ ਸਾਊਥ ਜਰਸੀ ਦੇ ਪੈਲਸ ਆਫ ਏਸ਼ੀਆ ਦੇ ਵਿੱਚੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਧੰਨਵਾਦੀ ਹਾਂ ਉਹਨਾਂ ਦੇ ਵੀ। ਔਰ ਮੇਰੇ ਨਾਲ ਅੱਜ ਇਸ ਪੈਨਲ ਦੇ ਵਿੱਚ ਤਸ਼ਰੀਫ ਫਰਮਾਨ ਨੇ, ਸਿੱਖ ਕਾਕਸ ਦੀ ਨੁਮਾਇੰਦਗੀ ਕਰਦੇ ਡਾਕਟਰ ਪ੍ਰਿਤਪਾਲ ਸਿੰਘ ਔਰ ਉਹਨਾਂ ਦੇ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਈਸਟ ਕੋਸਟ ਦੇ ਕੋਆਰਡੀਨੇਟਰ ਭਾਅ ਜੀ ਹਰਜਿੰਦਰ ਸਿੰਘ ਜੀ, ਔਰ ਨਾਲ ਹੀ ਬਹੁਤ ਹੀ ਸੋਸ਼ਲ ਵਰਕ ਦੇ ਵਿੱਚ ਔਰ ਧਾਰਮਿਕ ਕੰਮਾਂ ਦੇ ਵਿੱਚ ਬੇਲਾਗ ਅਤੇ ਬੇਲਾਲਚ ਇੱਕ ਸ਼ਖਸੀਅਤ ਰਾਜਪਿੰਦਰ ਸਿੰਘ ਬਦੇਸ਼ਾ। ਔਰ ਖਾਸ ਜ਼ਿਕਰ ਕਰਾਂਗਾ ਮੈਂ, ਭਾਵੇਂ ਉਹ ਪੈਨਲ ਦੇ ਵਿੱਚ ਨਹੀਂ ਬੈਠੇ, ਮੈਨੂੰ ਛੁਪੇ ਰਹਿਣ ਦੀ ਚਾਹ, ਭਾਅ ਜੀ ਜੁਗਰਾਜ ਸਿੰਘ ਗਰੇਵਾਲ, ਉਹਨਾਂ ਦਾ ਵੀ ਧੰਨਵਾਦ ਕਰਾਂਗਾ ਮੈਂ, ਜਿੱਥੇ ਉਹਨਾਂ ਨੂੰ ਜੀ ਆਇਆਂ ਕਹਿੰਦਾ। ਉੱਥੇ ਜਿੰਨੇ ਵੀ ਵੱਖ ਵੱਖ ਜਥੇਬੰਦੀਆਂ ਦੇ ਔਰ ਗੁਰੂ ਘਰਾਂ ਦੇ ਨੁਮਾਇੰਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸਹਿਯੋਗ ਦੇਣ ਵਾਸਤੇ ਤਸ਼ਰੀਫ ਫਰਮਾਨ ਨੇ, ਮੈਂ ਉਹਨਾਂ ਨੂੰ ਵੀ ਫਤਿਹ ਬੁਲਾਉਣਾ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਮਾਈਕ ਤੁਹਾਡੇ ਵੱਲੋਂ ਦੇਣਾ ਚਾਹਾਂਗਾ, ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਸੰਬੰਧੀ ਜਿਹੜੀਆਂ ਕੁਛ ਵਿਚਾਰਾਂ ਜ਼ਰੂਰ ਕਰਾਂਗਾ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਥੋੜ੍ਹੀ ਜਿਹੀ ਸਾਨੂੰ ਭੂਮਿਕਾ ਜਿਹੜੀ ਹੈ ਇਸ ਚੀਜ਼ ਨੂੰ, ਕਿਉਂਕਿ ਨਿਊ ਜਰਸੀ ਸਟੇਟ ਤੋਂ ਬਾਅਦ ਕੁਛ ਸਟੇਟਾਂ ਦੇ ਵਿੱਚ ਹੋਰ ਵੀ ਗੱਲ ਬਹੁਤ ਵੱਡੇ ਪੱਧਰ 'ਤੇ ਉੱਠੀ ਹੈ। ਔਰ ਪੈਨਸਲਵੇਨੀਆ ਦੇ ਵਿੱਚ ਮੈਂ ਉਹ ਇੱਕ ਜ਼ਿਕਰਯੋਗ ਇਤਿਹਾਸ ਨੂੰ, ਮੈਂ ਉਹਨੂੰ ਇਤਿਹਾਸ ਹੀ ਕਹਾਂਗਾ, ਮੈਂ ਭੁੱਲਣਾ ਨਹੀਂ ਚਾਹੁੰਦਾ, ਜਿਹੜੀਆਂ ਤੁਹਾਡੀਆਂ ਭਾਅ ਜੀ ਜੁਗਰਾਜ ਉਹਨਾਂ ਦੀਆਂ ਕੋਸ਼ਿਸ਼ਾਂ ਕਿ 1984 ਦੀ ਸਿੱਖ ਨਸਲ ਕੁਸ਼ੀ ਨੂੰ ਇੰਨ ਬਿੰਨ ਬਕਾਇਦਾ ਤੌਰ ਦੇ ਉੱਤੇ ਪੈਨਸਲਵੇਨੀਆ ਸਟੇਟ ਵੱਲੋਂ ਮਾਨਤਾ ਦੇ ਦੇਣੀ, ਇਹ ਆਪਣੇ ਆਪ ਦੇ ਵਿੱਚ ਇੱਕ ਦਿਸ ਹੱਦ ਹੈ। ਤੁਹਾਡੀਆਂ ਕੋਸ਼ਿਸ਼ਾਂ ਨੇ ਔਰ ਸਿੱਖ ਕਾਕਸ ਦੀਆਂ ਹੋਰ ਕੋਸ਼ਿਸ਼ਾਂ, ਥੋੜ੍ਹਾ ਜਿਹਾ ਸਿੱਖ ਕਾਕਸ ਬਾਰੇ ਔਰ ਉਸ ਵੱਲੋਂ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਬਾਰੇ, ਸਾਂਝੇ ਉਪਰਾਲਿਆਂ ਬਾਰੇ ਜਾਣਕਾਰੀ ਦਿਓ, ਕੀ ਕਹੋਗੇ ਕਿ ਕਿਸ ਤਰ੍ਹਾਂ ਦੇ ਉਪਰਾਲੇ ਹੋ ਰਹੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਡਾ ਅਤੇ ਤੁਹਾਡੇ ਅਦਾਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਅੱਜ ਦੇ ਪ੍ਰੋਗਰਾਮ 'ਚ ਨਹੀਂ, ਹਮੇਸ਼ਾ ਹੀ ਤੁਸੀਂ ਜਿਹੜੇ ਸਿੱਖਾਂ ਦੇ ਪੱਖ ਦੇ ਮਸਲੇ ਨੇ ਉਹਨਾਂ ਨੂੰ ਕੌਮ ਦੇ ਵਿੱਚ ਲੈ ਕੇ ਆਉਂਦੇ ਹੋ ਔਰ ਉਹਨਾਂ 'ਤੇ ਜਿਹੜੀਆਂ ਤੁਹਾਡੀਆਂ ਟਿੱਪਣੀਆਂ ਹੁੰਦੀਆਂ ਹਮੇਸ਼ਾ ਹੀ ਬੜੀਆਂ ਹੀ ਕਾਰਗਰ ਔਰ ਤੁਸੀਂ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਜਿਹੜਾ ਇਸ਼ੂ ਉਠਾਉਂਦੇ ਵੀ ਹੋ, ਉਹਦੇ ਬਾਰੇ ਸਲਾਹ ਵੀ ਦਿੰਦੇ ਹੋ ਔਰ ਸਲਾਹ ਲੋਕਾਂ ਦੇ ਨਾਲ ਵੀ ਕਰਦੇ ਹੋ ਕਿ ਉਹਨੂੰ ਕਿੱਦਾਂ ਉਠਾਇਆ ਜਾਵੇ। ਰਹੀ ਸਿੱਖ ਕੌਕਸ ਦੀ ਗੱਲ, ਇਹਦੇ ਵਿੱਚ ਇੱਕ ਮੈਂ ਗੱਲ ਕਲੀਅਰ ਕਰਾਂ ਕਿ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਅਮੈਰੀਕਨ ਸਿੱਖ ਕੌਕਸ ਕਮੇਟੀ ਅਸੀਂ ਬਣਾਈ ਹੋਈ ਹੈ, ਜਿਹੜੀ ਕਿ ਅਮੈਰੀਕਨ ਸਿੱਖ ਕੋਂਗਰੈਸ਼ਨਲ ਕੌਕਸ, ਜਿਹਦੇ ਵਿੱਚ ਸਿਰਫ ਔਰ ਸਿਰਫ ਕਾਂਗਰਸ ਦੇ ਮੈਂਬਰ ਹੀ ਹੋ ਸਕਦੇ ਆ, ਜਿਹੜੇ ਪ੍ਰਾਈਵੇਟ ਸਿਟੀਜ਼ਨ ਉਹ ਨਹੀਂ ਹੋ ਸਕਦੇ, ਸਿਰਫ ਇਲੈਕਟਿਡ ਅਫੀਸ਼ਲ ਹੀ ਨੇ। ਉਹਦੇ ਵਿੱਚ ਕੋਈ 50 ਦੇ ਕਰੀਬ ਸਾਰੇ ਅਮਰੀਕਾ 'ਚੋਂ ਉਹਦੇ ਮੈਂਬਰ ਨੇ, ਇਹ ਪਾਰਟੀਜ਼ਨ ਹੈ, ਬਹੁਤ ਪਾਰਟੀਆਂ ਦੇ ਇੱਕ ਚੇਅਰ ਉੱਧਰੋਂ ਇੱਕ ਉੱਧਰੋਂ ਵਾਈਸ ਚੇਅਰ ਨੇ ਦੋਨੇ ਪਾਸੇ ਜੀ। ਅਤੇ ਇਹਦੇ ਵਿੱਚ ਕੋਈ ਤਕਰੀਬਨ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ 50 ਦੇ ਕਰੀਬ ਇਹਦੇ ਕਾਂਗਰਸ ਦੇ ਮੈਂਬਰ ਨੇ। ਇਹਨੂੰ ਬਣਿਆ 2013 'ਚ ਇਹ ਬਣਿਆ ਸੀ, ਆਲਮੋਸਟ 6 ਸਾਲ ਇਸ ਸਾਲ ਅਪ੍ਰੈਲ 'ਚ ਹੋ ਜਾਣਗੇ। ਅਤੇ ਦੇਖੋ, ਕਈ ਵਾਰੀ ਇਹ ਗੱਲ ਚੱਲਦੀ ਹੈ ਕਿ ਤੁਸੀਂ ਹੁਣ ਤੱਕ ਕੀ ਕੀਤਾ, ਮੈਂ ਸਭ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਜਿਹੜਾ ਇੱਥੋਂ ਦਾ ਸਿਸਟਮ ਹੈ ਨਾ, ਤੁਸੀਂ ਉਹਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ, ਫਿਰ ਆਪ ਦੇਖੋ ਵੀ ਕੀ ਹੋ ਸਕਦਾ ਜੀ, ਕਿਉਂਕਿ ਓਵਰਨਾਈਟ ਜੇ ਆਪਾਂ ਕਹੀਏ ਇਹ ਕੁਛ ਨਹੀਂ ਹੋ ਸਕਦਾ। ਮੈਂ ਸਮਝਦਾ ਵੀ ਜਿਹੜੇ ਵੀ ਵਿਚਾਰਵਾਨ ਸਿੱਖਾਂ ਨੇ, ਅਸੀਂ ਕੋਈ ਥੋੜ੍ਹੇ ਬੰਦੇ ਨਹੀਂ ਸੀ, ਕਾਫੀ ਜਿਹੜੇ ਆਪਣੇ ਵਿਚਾਰਵਾਨ ਸਿੰਘ ਨੇ, ਖਾਸ ਤੌਰ 'ਤੇ ਮੈਂ ਭਾਵਾਂ ਜੁਗਰਾਜ ਸਿੰਘ ਸਾਡੇ ਨਾਲ ਅੱਜ ਨਹੀਂ ਬੈਠੇ, ਪਰ ਮੈਂ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰ ਸਮਝਦਾ, ਯਾਦਵਿੰਦਰ ਸਿੰਘ, ਵਿਦੇਸ਼ਾ ਸਾਹਿਬ,
ਅਤੇ ਆਪਣੇ ਭਾਈ ਹਰਜਿੰਦਰ ਸਿੰਘ ਜੀ, ਇਹਨਾਂ ਸਾਰਿਆਂ ਦਾ ਹੀ ਬੜਾ ਵੱਡਾ ਯੋਗਦਾਨ ਆ। ਔਰ ਖਾਸ ਤੌਰ 'ਤੇ ਹਰਪ੍ਰੀਤ ਸਿੰਘ ਸੰਧੂ ਜਿਹੜੇ ਕੈਲੀਫੋਰਨੀਆ ਤੋਂ, ਉਹਨਾਂ ਨੇ ਆਪਣੀ ਜਿਹੜੀ ਜੋਬ ਸੀਗੀ ਉਹ ਛੱਡ ਕੇ ਔਰ ਫੁੱਲ ਟਾਈਮ ਜਿਹੜਾ ਉਹ ਸਾਰਾ ਸਾਲ ਸਾਡੇ ਵਾਸਤੇ ਕੌਕਸ ਵਾਸਤੇ ਉਹ ਕੰਮ ਕਰਦੇ ਨੇ ਜੀ। ਅਤੇ ਜੋ ਕੁਛ ਅਸੀਂ ਹੁਣ ਤੱਕ ਕਰ ਚੁੱਕੇ ਹਾਂ ਉਹਦੇ ਵਿੱਚ ਜਿਹੜੀਆਂ ਆਰਮੀ ਦੇ ਵਿੱਚ ਸਿੱਖਾਂ ਦਾ ਜਾਣਾ ਉਹਦੇ 'ਤੇ ਬਰੀਫਿੰਗ ਅਤੇ ਹੀਅਰਿੰਗ, ਸਿੱਖ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਵਾਸਤੇ, ਔਰ ਦੋ ਵਾਰੀ ਜਿਹੜਾ ਯੂਨਾਈਟਿਡ ਨੇਸ਼ਨ ਦੇ ਵਿੱਚ ਐਡੀਸ਼ਨਲ ਸੈਕਟਰੀ ਨੇ ਅਡਾਮਾ ਡਿਆਂਗ, ਉਹ ਹਿਊਮਨ ਰਾਈਟਸ ਦਾ ਹੀ ਉਹਨਾਂ ਦਾ ਕੰਮ ਹੈ, ਉਹ ਦੋ ਵਾਰੀ ਕਾਂਗਰਸ ਜਾ ਕੇ ਬਰੀਫਿੰਗ ਦੇ ਚੁੱਕੇ ਆ। ਅਸੀਂ ਇਕੱਲਾ ਇਹ ਸਿੱਖਾਂ ਦਾ ਇਹ ਨਹੀਂ ਹੈ ਵੀ ਅਸੀਂ ਇਕੱਲਾ ਸਿੱਖਾਂ ਦਾ ਇਸ਼ੂ ਲੈਂਦੇ ਹਾਂ, ਹਿਊਮਨ ਰਾਈਟਸ ਦੀ ਕਿਤੇ ਵੀ ਵਾਇਲੇਸ਼ਨ ਹੋਵੇ, ਜਿੱਦਾਂ ਰੋਹਿੰਗਿਆ ਮੁਸਲਮਾਨਾਂ ਦਾ ਪਿਛਲੇ ਸਮੇਂ ਸਭ ਨੇ ਸੁਣਿਆ ਕਿ ਕਿੰਨਾ ਨੁਕਸਾਨ ਹੋਇਆ, ਅਸੀਂ ਉਹਨਾਂ ਦਾ ਵੀ ਜ਼ਿਕਰ ਕੀਤਾ। ਪਾਕਿਸਤਾਨ ਦੇ ਵਿੱਚ ਜੋ ਹਿੰਦੂ ਕਮਿਊਨਿਟੀ ਆ ਜੋ ਉਹਨਾਂ ਦੇ ਨਾਲ ਹੁੰਦਾ, ਅਸੀਂ ਉਹਨੂੰ ਵੀ ਹਾਈਲਾਈਟ ਕੀਤਾ। ਔਰ ਨਜ਼ਾਰਾ ਤੌਰ 'ਤੇ ਜੋ ਸਿੱਖ ਇਸ਼ੂਜ਼ ਨੇ ਜਿਹੜੇ ਜੋ ਸਿੱਖਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਹੋਇਆ, ਅਸੀਂ ਉਹਨੂੰ ਕਾਂਗਰਸ ਵਿੱਚ ਲਿਆ ਕੇ ਉਹਦੀ ਬਰੀਫਿੰਗ ਅਤੇ ਹੀਅਰਿੰਗ ਕਰਵਾਉਂਦੇ ਹਾਂ। ਜਿਵੇਂ ਕਿ ਤੁਸੀਂ ਅਸੈਂਬਲੀ ਦਾ ਜਿਹੜਾ ਜ਼ਿਕਰ ਕੀਤਾ, ਮੈਂ ਵਧਾਈ ਦੇਣਾ ਚਾਹੁੰਦਾ ਸਰਦਾਰ ਹਰਜਿੰਦਰ ਸਿੰਘ ਨੂੰ, ਜਿਨ੍ਹਾਂ ਨੇ ਕਿ ਉਹ ਸਾਰੇ ਦੀ ਡਰਾਫਟਿੰਗ ਕਰਕੇ ਜਿਹੜੇ ਸੈਨੇਟਰ ਸੀ ਅਤੇ ਅਸੈਂਬਲੀਮੈਨ ਸੀ ਉਹਨਾਂ ਨੂੰ ਦਿੱਤੀ। ਔਰ ਮੈਂ ਸਮਝਦਾ ਵੀ ਐਡਾ ਵੱਡਾ ਜਿਹੜਾ ਕਾਰਜ ਆ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦਾ। ਔਰ ਜੋ ਤੁਸੀਂ ਉਹਦਾ ਜੇ ਪੜ੍ਹੋ, ਸਾਰੇ ਜਿਹੜੇ ਉਹਦੇ ਬਰੀਫਸ ਹੈਗੇ ਨੇ, ਜੋ ਜੋ ਇਹਨਾਂ ਨੇ ਮੁੱਦੇ ਉਠਾਏ ਆ, ਮਤਲਬ ਅੱਜ ਤੱਕ ਕਿਸੇ ਵੀ ਸਰਕਾਰ ਨੇ ਹਿੰਦੁਸਤਾਨ ਦੇ ਵਿੱਚ ਵੀ ਕਦੀ ਕਿਸੇ ਨੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਸਾਨੂੰ ਪੰਜਾਬ ਦੇ ਵਿੱਚ ਇਹ ਮੰਥ ਨਹੀਂ ਮਿਲਿਆ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਸਿੱਖ ਅਵੇਅਰਨੈਸ ਮੰਥ 'ਤੇ ਅਸੀਂ ਸਿਰਫ ਲਿਟਰੇਚਰ ਸਿੱਖ ਕੌਮ ਦਾ ਪੜ੍ਹਾਈਏ, ਪੂਰੇ ਪੰਜਾਬ ਜਿੱਥੇ ਕਿ ਸਾਡੀ ਪਿਤਰੀ ਭੂਮੀ ਹੈ, ਇਹ ਬਹੁਤ ਵੱਡੀ ਗੱਲ ਹੈ। ਮੈਂ ਮਾਈਕ 'ਤੇ ਲੈ ਕੇ ਜਾਣਾ ਚਾਹਾਂਗਾ ਭਾਅ ਜੀ ਹਰਜਿੰਦਰ ਸਿੰਘ ਹੋਰਾਂ ਵੱਲੋਂ। ਭਾਅ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਵੀ ਪਹਿਲਾਂ ਜਿਹੜੇ ਸੈਨੇਟ ਪ੍ਰੈਜ਼ੀਡੈਂਟ ਸਟੀਵ ਸਵਿਨੀ ਹੈ, ਮੈਂ ਅੱਜ ਭਾਵੇਂ ਉਹ ਇੱਥੇ ਅੱਜ ਦੇ ਪ੍ਰੋਗਰਾਮ 'ਚ ਹਾਜ਼ਰ ਨਹੀਂ, ਮੈਂ ਉਸ ਸ਼ਖਸ ਦਾ ਪੂਰੀ ਸਿੱਖ ਕੌਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ, ਜਿਹੜਾ ਕਿ ਪਾਈਨ ਹਿੱਲ ਗੁਰੂ ਘਰ ਦੇ ਨਾਲ ਉਹ ਆਪ ਵੀ ਜੁੜੇ ਹੋਏ ਨੇ ਔਰ ਉਸ ਜਗ੍ਹਾ ਦੇ ਉੱਤੋਂ ਉਹ ਨੁਮਾਇੰਦੇ ਨੇ, ਨੁਮਾਇੰਦਗੀ ਕਰਦੇ ਨੇ। ਔਰ ਸਟੀਵ ਸਵਿਨੀ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ, ਉਹਨਾਂ ਨੂੰ ਹਰ ਇੱਕ ਸਿੱਖ ਜਿਹੜਾ ਉਹ ਸਲਿਊਟ ਕਰੂਗਾ, ਜਿਹਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਇਸ ਬਿੱਲ ਨੂੰ ਕਾਨੂੰਨ ਬਣਾਉਣ ਤੱਕ ਇਸ ਜਗ੍ਹਾ ਦੇ ਉੱਤੇ ਲੈ ਕੇ ਆਈਆਂ। ਔਰ ਪਹਿਲੀ ਸਟੇਟ ਹੈ ਕਿ ਸਟੀਵ ਸਵਿਨੀ ਨੇ ਇਹ ਗੱਲ ਕਹੀ ਸੈਨੇਟ ਪ੍ਰੈਜ਼ੀਡੈਂਟ ਨੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਸੀ ਉਹ ਹੋਸਟ ਸਟੀਵ ਸਵਿਨੀ ਨੇ ਅਸੈਂਬਲੀ ਹਾਊਸ ਦੇ ਵਿੱਚ ਕੀਤਾ ਔਰ ਇੱਥੋਂ ਤੱਕ ਸਮੁੱਚੀ ਸਿੱਖ ਕੌਮ ਵਾਸਤੇ ਲੰਚ ਔਰ ਬ੍ਰੇਕਫਾਸਟ ਦਾ ਪ੍ਰੋਗਰਾਮ ਜਿਹੜਾ ਸੀ ਉਹ ਸਟੇਟ ਅਸੈਂਬਲੀ ਦੇ ਵਿੱਚ ਜਿਹੜਾ ਸੀ ਉਹ ਆਨਰਡ ਬਾਈ ਸਟੀਵ ਸਵਿਨੀ ਔਰ ਉਹਨਾਂ ਦੇ ਸਾਥੀਆਂ ਵੱਲੋਂ, ਜਿੱਥੇ ਡਿਪਟੀ ਸਪੀਕਰ ਮਿਸਟਰ ਜਾਨ ਵੀ ਉੱਥੇ ਆਏ ਔਰ ਮੇਰਾ ਖਿਆਲ ਹੈ ਕਿ ਅੱਧੀ ਦਰਜਨ ਤੋਂ ਵੱਧ ਅਸੈਂਬਲੀ ਮੈਂਬਰਸ ਔਰ ਖਾਸ ਤੌਰ ਦੇ ਉੱਤੇ ਸਾਡੇ ਸਿੱਖ ਕੌਮ ਦਾ ਮਾਣ ਗੁਰਵੀਰ ਗਰੇਵਾਲ ਜਿਹੜੇ ਕਿ ਪਹਿਲੇ ਸਿੱਖ ਅਟਾਰਨੀ ਜਨਰਲ ਨੇ ਉਹ ਵੀ ਤਸ਼ਰੀਫ ਲੈ ਕੇ ਆਏ, ਐਜੂਕੇਸ਼ਨ ਬੋਰਡ ਦੇ ਚੇਅਰਮੈਨ ਜਿਹੜੇ ਸੀ, ਕਿਉਂਕਿ ਉਹਨਾਂ ਨੂੰ ਬਹੁਤ ਜ਼ਰੂਰੀ ਸੀ ਕਿ ਕਿਸ ਢੰਗ ਦੇ ਨਾਲ ਇਹ ਹਫ਼ਤਾ ਜਿਹੜਾ ਉਹ ਪੂਰਾ ਸਿੱਖ ਕੌਮ ਨੂੰ ਸਮਰਪਿਤ, ਮਹੀਨਾ ਜਿਹੜਾ ਗੁਸਤਾਖੀ ਮਾਫ ਕੇ ਸਿੱਖ ਕੌਮ ਨੂੰ ਸਮਰਪਿਤ ਕਰਨਾ ਹਿਸਟਰੀ ਨੂੰ। ਸੋ ਮੈਂ ਭਾਅ ਜੀ ਹਰਜਿੰਦਰ ਜੀ, ਸਟੀਵ ਸਵਿਨੀ ਦੇ ਇਸ ਯੋਗਦਾਨ, ਉਸ ਦੀ ਸ਼ੁਰੂਆਤ ਔਰ ਉਸ ਦੇ ਨਾਲ ਤੁਹਾਡੇ ਵੱਲੋਂ ਜੋੜੀਆਂ ਹੋਈਆਂ ਤਾਰਾਂ ਜਿਹੜੀਆਂ ਨੇ, ਉਹ ਮੈਂ ਸਮਝਾਂਗਾ ਕਿ 1.5 ਸਾਲ ਤੋਂ ਘੱਟ ਸਮੇਂ ਦੇ ਵਿੱਚ ਹੀ ਇੱਕ ਬਹੁਤ ਵਧੀਆ ਰਿਜ਼ਲਟ ਦੇਣ ਦੇ ਵਿੱਚ ਕਾਮਯਾਬ ਹੋਈਆਂ। ਸੋ ਉਹਦੇ ਬਾਰੇ 'ਚ ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਆੜ ਸਾਹਿਬ, ਜਿਹੜਾ ਤੁਸੀਂ ਕੁਐਸਚਨ ਕੀਤਾ ਹੈ ਸਟੀਵ ਸਵਿਨੀ ਵਾਸਤੇ, ਸਟੀਵ ਸਵਿਨੀ ਜਿਹੜੇ ਨੇ ਸਾਡੇ ਹਲਕੇ ਦੇ ਨਿਊ ਜਰਸੀ ਸੈਨੇਟ ਦੇ ਸੈਨੇਟਰ ਨੇ, ਅਤੇ ਇਸ ਤੋਂ ਵੱਧ ਉਹ ਜਿਹੜੀ ਨਿਊ ਜਰਸੀ ਦੀ ਸੈਨੇਟ ਹੈ ਉਹਦੇ ਪ੍ਰੈਜ਼ੀਡੈਂਟ ਵੀ ਨੇ ਜੀ। ਇਨ ਚੇਨ ਆਫ ਕਮਾਂਡ ਗਵਰਨਰ ਤੋਂ ਬਾਅਦ ਹੀ ਇਜ਼ ਨੰਬਰ 2 ਮੈਨ ਇਨ ਦਾ ਸਟੇਟ। ਜਦੋਂ ਅਸੀਂ ਇਹਨਾਂ ਕੋਲ ਗਏ ਸੀ, ਹਾਲਾਂਕਿ ਸਟੀਵ ਸਵਿਨੀ ਨੂੰ ਮੇਰੀ ਪਹਿਲਾਂ ਵੀ ਥੋੜ੍ਹੀ ਵਾਕਫੀਅਤ ਸੀਗੀ, ਪਰ ਸਿੱਖਾਂ ਬਾਰੇ, ਸਿੱਖੀ ਬਾਰੇ ਕਦੀ ਅਸੀਂ ਇਹਦੀ ਡਿਸਕਸ਼ਨ ਨਹੀਂ ਸੀ ਹੋਈ। ਅਸੀਂ ਉਹਨਾਂ ਨੂੰ ਆਪਣੇ, ਅਸੀਂ 5-6 ਲੋਕਲ ਸਿੱਖਾਂ ਦਾ ਡੈਲੀਗੇਸ਼ਨ ਲੈ ਕੇ, ਅੱਜ ਤੋਂ ਕੋਈ 1.5-2 ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਇਹਨਾਂ ਦੇ ਆਫਿਸ ਦੇ ਵਿੱਚ ਗਏ, ਜਿਹਦੇ ਵਿੱਚ ਮੇਰੇ ਨਾਲ ਭਾਈ ਜਗਰਾਜ ਸਿੰਘ, ਰਾਜਪਿੰਦਰ ਵਿਦੇਸ਼ਾ, ਡਾਕਟਰ ਗੁਰਦੇਵ ਧਾਲੀਵਾਲ, ਮਜਿੰਦਰ ਸਿੰਘ ਮੁਲਤਾਨੀ, ਭਗਵੰਤ ਸਿੰਘ ਭੱਟੀ, ਇਹ ਅਸੀਂ ਸਾਰੇ ਇਹਨਾਂ ਦੇ ਹਲਕੇ ਦੇ ਸੀਗੇ। ਅਸੀਂ ਇਹਨਾਂ ਨਾਲ ਕੋਈ 1.5 ਘੰਟਾ ਦੀ ਮੀਟਿੰਗ ਸਪੈਂਡ ਕਰਕੇ ਉਹਨਾਂ ਨੂੰ ਦੱਸਿਆ ਵੀ ਦੇਖੋ, ਸਾਨੂੰ ਅਮੈਰੀਕਾ ਨੂੰ, ਅਮੈਰੀਕਾ ਦੇ ਵਿੱਚ ਸਿੱਖਾਂ ਨੂੰ ਆਇਆਂ ਨੂੰ 1.5 ਸਾਲ ਤੋਂ ਉੱਪਰ ਹੋ ਗਿਆ ਜੀ। ਅਸੀਂ ਅਮੈਰੀਕਨ ਸਿੱਖ ਆਪਣਿਆਂ ਨੂੰ ਕਹਾਉਂਦੇ ਹਾਂ,
ਪਰ ਸਾਡੇ ਵੀ ਆਰ ਦਾ ਮੋਸਟ ਮਿਸਅੰਡਰਸਟੂਡ ਪੀਪਲ। ਹਾਲੇ ਸਾਨੂੰ ਕੋਈ ਨਹੀਂ ਇਹ ਜਾਣਦਾ, ਕੋਈ ਸਾਨੂੰ ਕਹਿੰਦਾ ਵੀ ਅਸੀਂ ਹਿੰਦੂ ਹਾਂ, ਕੋਈ ਸਾਡੇ ਮੁਸਲਮਾਨ ਹਾਂ, ਅਤੇ ਹਾਲਾਂਕਿ ਅਸੀਂ ਵਿਜੀਬਲ ਮਾਈਨੋਰਟੀ ਹਾਂ, ਬਟ ਵੀ ਆਰ ਦਾ ਮੋਸਟ ਇਨਵਿਜੀਬਲ ਪੀਪਲ। ਫਿਰ ਕਹਿੰਦਾ ਮੈਂ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦਾ। ਅਸੀਂ ਉਹਨੂੰ ਦੱਸਿਆ ਵੀ ਸਾਡੀ ਹੈਲਪ ਜਿਹੜੀ ਇਸ ਤਰ੍ਹਾਂ ਹੋ ਸਕਦੀ ਹੈ ਵੀ ਸਿੱਖਾਂ ਦੇ ਜਿਹੜੇ ਮੋਸਟ ਇੰਪੋਰਟੈਂਟ ਡੇ ਨੇ, ਜਿਸ ਤਰ੍ਹਾਂ ਕਿ ਵਿਸਾਖੀ ਹੈ ਅਤੇ ਖਾਲਸਾ ਸਿਰਜਣਾ ਦਿਵਸ ਹੈ, ਜੇ ਉਸ ਨੂੰ ਰੈਕੋਗਨਾਈਜੇਸ਼ਨ ਮਿਲੇ ਸਟੇਟ ਵੱਲੋਂ ਅਤੇ ਸਾਰੀ ਸਟੇਟ ਵਿੱਚ ਉਹਦੇ ਪ੍ਰੋਜੈਕਟਸ ਅਤੇ ਪ੍ਰਚਾਰ ਕੀਤਾ ਜਾਵੇ, ਐਜ਼ ਪੈਰਲਲ ਵਿਦ ਦਾ ਬਲੈਕ ਹਿਸਟਰੀ ਮੰਥ ਹੈ ਜਾਂ ਹੋਰ ਧਰਮਾਂ ਦੇ ਆਇਰਿਸ਼ ਦਾ ਮੰਥ ਹੈ ਮਾਰਚ, ਉਹਦੇ ਨਾਲ ਸਾਨੂੰ ਵੀ ਕੈਨ ਗੈਟ ਗੁੱਡ ਮੋਮੈਂਟਮ ਆਊਟ ਆਫ ਇਟ। ਉਹਨੇ ਕਿਹਾ ਫਿਰ ਤੁਸੀਂ ਦੱਸੋ ਕਿਸ ਤਰ੍ਹਾਂ, ਉਹਨਾਂ ਨੇ ਕਿਹਾ, ਉਹਨੇ ਸੁਜੈਸਟ ਕੀਤਾ ਵੀ ਅਸੀਂ ਦੋ ਬਿੱਲ ਜਿਹੜੇ ਨੇ ਪੇਸ਼ ਕੀਤੇ ਜਾਣਗੇ ਜੀ। ਇਹ ਪਿਛਲੇ ਸਾਲ ਦੀ ਗੱਲ ਹੈ, ਮਾਰਚ 26, 2018 ਜੀ ਜੀ ਜੀ, ਜਦੋਂ ਕਿ ਤੁਹਾਡਾ ਮੀਡੀਆ ਵੀ ਉੱਥੇ ਪ੍ਰੈਜੈਂਟ ਮੈਂਬਰ ਜੀ, ਉਹ ਪ੍ਰੋਗਰਾਮ ਕੀਤਾ ਸੀ, ਦੋਨੋਂ ਅਸੈਂਬਲੀਜ਼ ਪਹਿਲੇ ਅਸੈਂਬਲੀ ਵਿੱਚ ਇਹ ਬਿੱਲ ਪੇਸ਼ ਹੋਏ ਨੇ, ਫਿਰ ਇਹ ਸੈਨੇਟ ਵਿੱਚ ਪੇਸ਼ ਹੋਏ ਨੇ। ਅਤੇ ਜਿਹੜੀ ਸਭ ਤੋਂ ਬੜੀ ਵਿਲੱਖਣ ਗੱਲ ਇਹ ਸੀ ਵੀ ਅਸੈਂਬਲੀ ਦਾ ਜਿਹੜਾ ਮੈਜੋਰਿਟੀ ਲੀਡਰ ਹੈ ਲੂਇਸ ਗ੍ਰੀਨਵਾਲਡ, ਉਹਨੇ ਇਹ ਬਿੱਲ ਇੰਟਰੋਡਿਊਸ ਕੀਤਾ ਅਸੈਂਬਲੀ 'ਚ, ਅਤੇ ਜਿਹੜਾ ਸੈਨੇਟ ਦਾ ਜਿਹੜਾ ਸੈਨੇਟ ਪ੍ਰੈਜ਼ੀਡੈਂਟ ਹੈ ਸ਼੍ਰੀ ਸਟੀਵ ਸਵੀਨੀ, ਉਹਨੇ ਬਿੱਲ ਕੀਤੇ ਸੈਨੇਟ ਦੇ ਵਿੱਚ ਇੰਟਰੋਡਿਊਸ। ਅਤੇ ਉੱਥੇ ਸਾਰੇ ਆਪਣੇ ਗੁਰਦੁਆਰਿਆਂ ਦੇ, ਨਿਊ ਜਰਸੀ ਦੇ ਗੁਰਦੁਆਰਿਆਂ ਦੇ ਜਿਹੜੇ ਲੀਡਰਸ ਨੇ ਉਹ ਸਾਰੇ ਉੱਥੇ ਹਾਜ਼ਰ ਸੀ, ਨੌਰਥ ਈਸਟ ਦੇ ਸਾਰੇ ਹਾਜ਼ਰ ਸੀ, ਮੀਡੀਆ ਹਾਜ਼ਰ ਸੀ, ਤੁਹਾਡੇ ਸਾਹਮਣੇ ਇਲੈਕਟ੍ਰੋਨਿਕ ਵੋਟਿੰਗ ਹੋਈ ਹੈ 1x1, ਅਤੇ ਕੋਈ ਕਿਸੇ ਨੇ ਇਹਦੀ ਆਪੋਜੀਸ਼ਨ ਨਹੀਂ ਕੀਤੀ, ਯੂਨਾਨੀਮਸ 100% ਵੋਟਿੰਗ ਯੂਨਾਨੀਮਸਲੀ ਇਹ ਬਿੱਲ ਪਾਸ ਹੋਏ ਜੀ। ਉਸ ਤੋਂ ਬਾਅਦ 8 April 2018 ਨੂੰ ਇਹ ਬਿੱਲ ਜਿਹੜਾ ਸੀ ਜਦੋਂ ਦੋਨੋਂ ਹਾਊਸਾਂ 'ਚ ਪਾਸ ਹੋ ਗਿਆ, ਅਤੇ ਜਿਹੜਾ ਪ੍ਰੋਸੈਸ ਹੈ, ਜਿਹੜਾ ਪ੍ਰੋਸੀਜਰ ਹੈ, ਉਹਦੇ ਨਾਲ ਇਹ ਗਵਰਨਰ ਕੋਲ ਜਾਂਦਾ ਫੋਰ ਸਿਗਨੇਚਰ ਟੂ ਬਿਕਮ ਏ ਲਾਅ। ਉੱਥੇ ਗੁਰਬੀਰ ਗਰੇਵਾਲ ਅਤੇ ਹੋਰ ਸਿੱਖ ਲੀਡਰਸ਼ਿਪ ਦੀ ਪ੍ਰੈਜੈਂਸ ਦੇ ਵਿੱਚ ਗਵਰਨਰ ਨੇ ਇਹ ਸਾਰਾ ਬਿੱਲ ਜਿਹੜਾ ਸਾਈਨ ਕਰਕੇ ਇਹ ਲਾਅ ਬਣਾਇਆ। ਇਹ ਬਿੱਲ ਜਿਹੜਾ ਕਲੀਅਰਲੀ ਸਟੇਟ ਕਰਦਾ ਵੀ ਮੰਥ ਆਫ ਅਪ੍ਰੈਲ ਦੇ ਵਿੱਚ ਜਿੰਨੇ ਗੌਰਮੈਂਟ ਦੇ ਅਦਾਰੇ ਨੇ, ਜਿੰਨੀਆਂ ਗੌਰਮੈਂਟ ਦੀਆਂ ਇੰਸਟੀਟਿਊਸ਼ਨਸ ਨੇ, ਸਕੂਲਸ ਨੇ, ਉਹਨਾਂ ਦੇ ਵਿੱਚ ਉਹ ਓਬਜ਼ਰਵ ਕਰਨਗੇ ਸਿੱਖ ਐਕਟੀਵਿਟੀਜ਼ ਅਤੇ ਸਿੱਖ ਪ੍ਰੋਜੈਕਟਸ। ਅਤੇ ਇਹ ਜਿਹੜਾ ਅਸੀਂ ਜਿਹੜਾ ਕੱਲ੍ਹ ਸਟੇਟ ਹਾਊਸ ਵਿੱਚ ਫੰਕਸ਼ਨ ਹੋਇਆ, ਇਹ ਇਹਦੀ ਸ਼ੁਰੂਆਤ ਸੀ। ਅਤੇ ਸਟੀਵ ਸਵੀਨੀ ਜਿਹੜਾ ਸੀ ਉਹਨੇ ਹੀ ਇਸ ਜਿਹੜਾ ਫੰਕਸ਼ਨ ਹੈ ਸਪੋਂਸਰ ਕੀਤਾ, ਉਹਦੀ ਵੱਲੋਂ ਹੀ ਸਾਰੇ ਡੀਅਰ ਕੁਲੀਗ ਲੈਟਰ ਜਿਹੜੇ ਸਾਰੇ ਸੈਨੇਟਰਸ ਨੂੰ, ਗਵਰਨਰ ਨੂੰ, ਸਾਰੀ ਕੈਬਨਿਟਸ ਨੂੰ, ਅਤੇ ਅਸੀਂ ਖਾਸ ਤੌਰ 'ਤੇ ਉੱਥੇ ਐਜੂਕੇਸ਼ਨ ਕਮਿਸ਼ਨਰ ਨੂੰ ਉੱਥੇ ਬੁਲਾਇਆ ਸੀ, ਡਾਕਟਰ ਲਮੋਂਟ ਰਿਪੋਰਟ ਨੂੰ, ਤਾਂ ਕਿ ਜਿਹੜਾ ਐਜੂਕੇਸ਼ਨ ਦਾ ਕੰਮ ਜਿਹੜਾ, ਜਿੰਨੇ ਐਜੂਕੇਸ਼ਨ ਬੋਰਡ ਨੇ ਨਿਊ ਜਰਸੀ ਦੇ, ਉਹ ਸਾਰੇ ਜਿਹੜੇ ਨੇ ਉਹਦੀ ਡਾਇਰੈਕਸ਼ਨ ਦੇ ਅੰਦਰ ਚੱਲਦੇ ਨੇ ਜੀ 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 ਜੀ। ਮੈਂ ਅਗਲਾ ਸਵਾਲ ਜ਼ਰੂਰ ਤੁਹਾਡੇ ਨਾਲ ਜ਼ਰੂਰ ਕਰਾਂਗਾ, ਮੈਨੂੰ ਇੱਕ ਬ੍ਰੇਕ ਲੈਣਾ ਪਏਗਾ ਦੋਸਤੋ। ਪ੍ਰੋਗਰਾਮ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਵੱਖ ਵੱਖ ਸਵਾਲ ਜਿਹੜੇ ਨੇ ਜਿੱਥੇ ਅਸੀਂ ਪਹੁੰਚੇ ਹੋਏ ਵੱਖ ਵੱਖ ਗੁਰੂ ਘਰਾਂ ਦੇ ਨੁਮਾਇੰਦਿਆਂ ਕੋਲੋਂ ਵੀ ਅਸੀਂ ਸਵਾਲ ਜਵਾਬ ਜ਼ਰੂਰ ਕਰਾਂਗੇ, ਉਹਨਾਂ ਦੇ ਵਿਚਾਰ ਵੀ ਇਸ ਪ੍ਰੋਗਰਾਮ ਦੇ ਵਿੱਚ ਨਰਾਜ਼ ਕਰਾਂਗੇ, ਪਰ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ ਮੁੜ ਹਾਜ਼ਰ ਹੋਏ ਹਾਂ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ। ਕੋਈ ਵੀ ਤੁਹਾਡਾ ਵਿਚਾਰ ਹੈ, ਕੋਈ ਵੀ ਤੁਹਾਡੇ ਮਨ ਮੰਦਰਾਂ ਦੇ ਅੰਦਰ ਕੋਈ ਵੀ ਸਵਾਲ ਉੱਠਦਾ, ਤਾਂ ਇਸ ਵਾਸਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ riyad@justbroadcasting.com ਔਰ info@justbroadcasting.com। ਸੋ ਹਰਜਿੰਦਰ ਸਿੰਘ ਜੀ ਉਹਨਾਂ ਦੀ ਗੱਲ ਨੂੰ ਕੰਪਲੀਟ ਕਰੀਏ। ਸੋ ਭਾਅ ਜੀ ਕੈਰੀ ਔਨ, ਤੁਸੀਂ ਆਪਣੀ ਗੱਲ ਨੂੰ ਰੱਖੋ। ਅੱਛਾ, ਮੈਂ ਗੱਲ ਕਰ ਰਿਹਾ ਸੀ ਵੀ ਸਕੂਲ ਦਾ ਜਿਹੜੇ ਕਰਿਕੁਲਮਸ ਨੇ ਜੀ, ਜਿਹੜੇ ਕਿ ਜਿਹੜਾ ਐਜੂਕੇਸ਼ਨ ਕਮਿਸ਼ਨਰ ਹੈ ਉਹਨੂੰ ਕੰਟਰੋਲ ਕਰਦਾ, ਉੱਥੇ ਉਹਨਾਂ ਨੂੰ ਸਪੈਸ਼ਲ ਗੈਸਟ ਉਹ ਇਨਵਾਈਟਿਡ ਸੀ ਕੱਲ੍ਹ ਦੇ ਪ੍ਰੋਗਰਾਮ 'ਚ ਜੀ, ਉਹਨਾਂ ਨੂੰ ਸਾਰਾ ਜਿਹੜਾ ਸਾਡੀ ਐਜੂਕੇਸ਼ਨ ਦੀਆਂ ਜਾਂ ਸਕੂਲ ਦੇ ਵਿੱਚ ਬੁਲਿੰਗਸ ਦੀਆਂ, ਈਵਨ ਟੀਚਰਸ ਜਿਹੜੇ ਨੇ ਮਿਸਇਨਫੋਰਮਡ ਨੇ ਜੀ, ਉਹਨਾਂ ਦੀ ਐਜੂਕੇਸ਼ਨ ਕਰਨ ਵਾਸਤੇ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ ਅਤੇ ਦਿੱਤੀ ਵੀ ਜਾਵੇਗੀ ਜੀ, ਤਾਂ ਕਿ ਉਹੋ ਜਿਹੇ ਪ੍ਰੋਗਰਾਮ ਇਨੀਸ਼ੀਏਟ ਕੀਤੇ ਜਾਣ, ਤਾਂ ਕਿ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਨੂੰ ਜਿਹੜੀ ਬੁਲਿੰਗ ਹੈ ਜਾਂ ਉਹਨਾਂ ਦੇ ਲੌਂਗ ਹੇਅਰ ਨੇ ਉਹਦੇ ਬਾਰੇ ਕੁਐਸਚਨ ਨਾ ਹੋਣ ਜੀ ਜੀ ਜੀ। ਇਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਜਿਹੜੀ ਬੜੀ ਇੰਪੋਰਟੈਂਟ ਹੈ ਉਹ ਕਰਨੀ ਚਾਹੁੰਦਾ, ਉਹ ਹੈਗੀ ਹੈ ਨਿਊ ਜਰਸੀ ਦੇ ਵਿੱਚ ਜਿਹੜਾ ਸਿੱਖ ਡੇ ਹੈ, ਜਿਹੜਾ ਵਿਸਾਖੀ ਜਿਹੜਾ ਇਹ ਬੜਾ ਪੁਰਾਣਾ ਤਿਉਹਾਰ ਹੈ, ਹਾਰਵੈਸਟ ਫੈਸਟੀਵਲ, ਪਰ ਸਿੱਖਾਂ ਦਾ ਇਹਦੇ ਨਾਲ ਇੱਥੇ ਇਤਿਹਾਸਿਕ ਲਿੰਕ ਹੈ ਜੀ, ਜਿਹੜਾ ਕਿ ਖਾਲਸਾ ਸਿਰਜਣਾ ਦਿਵਸ ਦੇ ਨਾਲ
ਜਿਹੜਾ ਕਿ ਸਪਰਿੰਗ 1699 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਨੇ ਸੇਂਟ ਸੋਲਜਰ ਸਿੱਖਸ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਪੰਜ ਕਕਾਰ ਦਿੱਤੇ ਅਤੇ ਸਿੱਖੀ ਨੂੰ ਜਿਹੜੀ ਪਹਿਚਾਣ ਜਿਹੜੀ ਹੈ ਉਹ ਸਾਨੂੰ ਦਿੱਤੀ। ਸੋ ਉਹ ਜਿਹੜਾ ਸਿੱਖ ਡੇ ਹੈਗਾ, ਜਿਸ ਤਰ੍ਹਾਂ ਕਿ ਇੱਕ ਸੇਂਟ ਪੈਟ੍ਰਿਕਸ ਡੇ ਹੈ ਜਦੋਂ ਕਿ ਐਵਰੀਬਾਡੀ ਵੀਅਰਸ ਗ੍ਰੀਨ, ਅਸੀਂ ਇਹ ਮੈਸੇਜ ਦਿੱਤਾ ਵੀ ਜਿਹੜਾ ਸਿੱਖ ਡੇ ਹੈ 14 ਅਪ੍ਰੈਲ ਨੂੰ ਸਿੱਖ ਡੇ ਹੋਊਗਾ, ਜਿਹੜਾ ਕਿ ਵਿਸਾਖੀ ਦਾ ਦਿਨ ਹੈ, ਅਤੇ ਸਿੱਖਾਂ ਦਾ ਕਲਰ ਹੈਗਾ ਔਰੇਂਜ, ਅਤੇ ਐਵਰੀਬਾਡੀ ਵੀਅਰਸ ਔਰੇਂਜ। ਤੁਸੀਂ ਹੁਣ ਦੇਖੋਗੇ ਵੀ ਕੱਲ੍ਹ ਦੇ ਫੰਕਸ਼ਨ ਵਿੱਚ ਕਿੰਨੀਆਂ ਬੀਬੀਆਂ ਨੇ ਚੁੰਨੀਆਂ ਜਾਂ ਸੂਟ ਜਾਂ ਸਿੰਘਾਂ ਦੀਆਂ ਦਸਤਾਰਾਂ ਔਰੇਂਜ ਕਲਰ ਦੀਆਂ। ਕੇਸਰੀ ਕਹੀਏ ਜੀ, ਕੇਸਰੀ ਸਾਡੀਆਂ, ਕੇਸਰੀ ਕਹਿ ਲਓ, ਕਿਉਂਕਿ ਕੇਸਰੀ ਜਿਹੜਾ ਵੈਸਟਰਨ ਕਲਚਰ 'ਚ ਨਹੀਂ ਲੋਕ ਅੰਡਰਸਟੈਂਡ ਕਰਦੇ, ਇਸ ਕਰਕੇ ਅਸੀਂ ਔਰੇਂਜ ਅਡਾਪਟ ਕੀਤਾ। ਪੰਜਾਬੀ ਦਾ ਰੰਗ ਜਿਹੜਾ ਉਹ ਕੇਸਰੀ ਕੇਸਰੀ ਹੈ। ਓਕੇ, ਸੋ ਇਸ ਕਰਕੇ ਇਹ ਜਿਹੜਾ ਸਿੰਬਲ ਹੈ ਸਾਡਾ ਕੇਸਰੀ, ਜਿੱਦਾਂ ਸੇਂਟ ਆਰਿਸ਼ ਦਾ ਗ੍ਰੀਨ ਹੈ, ਸਾਡਾ ਕੇਸਰੀ ਜਾਂ ਔਰੇਂਜ ਹੈ, ਅਸੀਂ ਇਹਦੇ ਨਾਲ ਦਿਸ ਇਜ਼ ਅ ਬਿਗ ਐਡਵਰਟਾਈਜ਼ਮੈਂਟ ਟੂ ਫਾਰ ਆਵਰ ਆਈਡੈਂਟੀਫਿਕੇਸ਼ਨ। ਜੀ ਜੀ ਜੀ, ਵਿਦੇਸ਼ਾ ਜੀ ਵੱਲੋਂ ਮੈਂ ਮਾਈਕ ਲੈ ਕੇ ਜਾਵਾਂਗਾ। ਵਿਦੇਸ਼ਾ ਜੀ, ਜਿਵੇਂ ਭਾਅ ਜੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੇਸਰੀ ਮੋਸਟਲੀ ਜਦੋਂ ਆਇਰਿਸ਼ ਦੀ ਗੱਲ ਆਉਂਦੀ ਹੈ ਤਾਂ ਉਹ ਹਰ ਉਸ ਟਾਈਮ ਦੇ ਉੱਤੇ ਸਾਰੀ ਦੁਨੀਆ ਰੈਕੋਗਨਾਈਜ਼ ਕਰਦੀ ਹੈ USA ਦੀ, ਵੀ ਹਰਾ ਰੰਗ ਪਾਇਆ ਆ ਕਿਉਂਕਿ ਇਹ ਆਇਰਿਸ਼ ਮੰਥ ਚੱਲਦਾ ਹੈਗਾ, ਠੀਕ ਹੈ ਕਿ ਨਹੀਂ। ਕਿਸ ਢੰਗ ਦੇ ਨਾਲ ਅਸੀਂ ਨਿਊ ਜਰਸੀ ਤੋਂ ਸ਼ੁਰੂਆਤ ਕਰੀਏ ਕਿ ਅਸੀਂ ਇਹ ਗੱਲ ਕਹੀਏ ਕਿ ਜਿਹੜੇ ਵੀ ਸਾਡੇ ਸਿੰਘ ਦਸਤਾਰਾਂ ਸਜਾਉਂਦੇ ਨੇ ਉਹ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਹੈ ਉਹ ਸਿਰਫ ਅਤੇ ਸਿਰਫ ਜਿਹੜੀ ਹੈ ਉਹ ਕੇਸਰੀ ਦਸਤਾਰ, ਜਿਹੜੇ ਸੂਟ ਵੀ ਪਾਉਂਦੇ ਨੇ ਕੇਸਰੀ ਰੰਗ ਦੀ ਕੋਈ ਟਾਈ ਜਿਹੜੀ ਆ, ਇਸ ਢੰਗ ਨੂੰ, ਕਿਉਂਕਿ ਮਸਲਾ ਇਸ ਗੱਲ ਦਾ ਕਿ ਜਦੋਂ ਅਸੀਂ ਅਸੈਂਬਲੀ ਤੱਕ ਜਾਣਾ ਸੀ, ਜਦੋਂ ਬਿੱਲ ਲੈ ਕੇ ਜਾਣਾ ਸੀ, ਪਰ ਅਸੀਂ ਤਾਂ ਕਦਮ ਹੋਰ ਬਹੁਤ ਅੱਗੇ ਵਧਾ ਲਏ ਨੇ ਕਿ ਕੱਲ੍ਹ ਨੂੰ ਅਸੀਂ 27 ਤਰੀਕ ਨੂੰ ਕੈਪੀਟਲ ਹਿੱਲ ਵਿਖੇ ਜਾ ਰਹੇ ਹਾਂ। ਬਕਾਇਦਾ ਤੌਰ 'ਤੇ ਸਾਡੀ ਜਸ ਬ੍ਰੌਡਕਾਸਟਿੰਗ ਦੀ ਟੀਮ ਤੁਹਾਡੇ ਨਾਲ ਕਦਮ ਨਾਲ ਕਦਮ ਮਿਲਾ ਰਹੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ, ਅਸੀਂ ਅੱਗੇ ਵੱਧ ਗਏ ਹਾਂ, ਪਰ ਮਸਲਾ ਇਸ ਗੱਲ ਦਾ ਕਿ ਇਹ ਕਦਮ ਸਾਨੂੰ ਚੱਕਣਾ ਪਏਗਾ ਕਿ ਕਿਸ ਢੰਗ ਦੇ ਨਾਲ ਇਹ ਜਿਹੜਾ ਹੈ ਅਸੀਂ ਕੇਸਰੀ ਨੂੰ ਡਿਵੈਲਪ ਕਰੀਏ। ਜਿਵੇਂ ਭਾਅ ਜੀ ਉਹਨਾਂ ਨੇ ਕਿਹਾ ਕਿ ਅਸੀਂ ਟਾਈਆਂ ਤੱਕ ਜਿਹੜੀਆਂ ਨੇ ਉਹ ਟਾਈਆਂ ਖਾਸ ਤੌਰ ਦੇ ਉੱਤੇ ਜਿਹੜੇ ਆਫੀਸ਼ੀਅਲ ਜਾਂਦੇ ਨੇ ਜਾਂ ਦਸਤਾਰ ਜਿਹੜੀ ਆ ਉਹ ਕੇਸਰੀ ਹੀ ਪਹਿਨਣ, ਰਾਈਟ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਲਿਖ ਕੇ ਰੱਖ ਲਵਾਂਗਾ ਵੀ ਜਿੰਨੇ ਵੀ ਪ੍ਰੋਗਰਾਮ ਕਰਾਂਗਾ ਮੈਂ ਕੇਸਰੀ ਟਾਈ ਨਾਲ ਹੀ ਕਰਾਂਗਾ ਆਪਣੇ ਖਾਸ ਤੌਰ ਦੇ ਉੱਤੇ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਵਾਉਣ ਵਾਸਤੇ। ਔਰ ਦੂਜੀ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਹੁਣ ਜੜ੍ਹਾਂ ਦੇ ਵਿੱਚੋਂ ਜਿਹੜੀ ਹੈ ਇਹ ਅਪ੍ਰੈਲ ਦਾ ਮੰਥ ਜਿਹੜਾ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡਾ ਮਾਈਲਸਟੋਨ ਅਤੇ ਫਾਊਂਡੇਸ਼ਨ ਨਿਊ ਜਰਸੀ ਦੇ ਵਿੱਚ ਬਣ ਗਈ ਹੈ, ਹੁਣ ਬ੍ਰਾਂਚਿਸ ਤੱਕ ਕਿਵੇਂ ਪਹੁੰਚਾਇਆ ਜਾਵੇ ਇਹ ਸਾਰਿਆਂ ਨੂੰ ਐਫਰਟ ਕਰਨੀ ਪੈਣੀ ਹੈ। ਹਰ ਟਾਊਨ ਦੇ ਵਿੱਚ ਜਿਵੇਂ ਹਰਜਿੰਦਰ ਸਿੰਘ ਹੋਣਾ ਨੇ ਕਿਹਾ ਕਿ ਐਕਟੀਵਿਟੀਜ਼ ਹਰ ਆਫਿਸ ਦੇ ਵਿੱਚ ਰੈਕੋਗਨਾਈਜ਼ ਕਰਾਉਣ ਲਈ, ਹਰ ਟਾਊਨ ਦੇ ਵਿੱਚ ਜਿੱਥੇ ਚਾਹੇ 50 ਸਿੱਖ ਵੱਸਦੇ ਹੈ ਉਹ ਆਪਣੀਆਂ ਐਕਟੀਵਿਟੀਜ਼, ਬੱਚਿਆਂ ਦੀਆਂ ਐਕਟੀਵਿਟੀਜ਼, ਸਕੂਲ ਦੀਆਂ ਐਕਟੀਵਿਟੀਜ਼, ਕਲਚਰ ਦੀਆਂ, ਰਿਲੀਜੀਅਸ ਦੀਆਂ, ਗੁਰਦੁਆਰੇ ਦੀਆਂ, ਉਹ ਉਹਨਾਂ ਆਫਿਸ ਤੱਕ ਕਿਵੇਂ ਸ਼ੇਅਰ ਕਰਨ ਜਾਂ ਕਿਵੇਂ ਕਰਨੀਆਂ ਚਾਹੀਦੀਆਂ ਨੇ, ਇਹਦੇ ਬਾਰੇ 'ਚ ਤੁਸੀਂ ਆਪਣੇ ਵਿਚਾਰ ਪੇਸ਼ ਕਰੋ। ਹਾਂਜੀ, ਸਭ ਤੋਂ ਪਹਿਲਾਂ ਸਾਰੀਆਂ ਹੀ ਸਮੁੱਚੀਆਂ ਸੰਗਤਾਂ ਜੋ ਇੱਥੇ ਪਹੁੰਚੀਆਂ ਨੇ ਔਰ ਜੋ ਤੁਹਾਡੇ ਜਸ ਪੰਜਾਬੀ ਦੇ ਦਰਸ਼ਕ ਨੇ, ਉਹਨਾਂ ਨੂੰ ਕੱਲ੍ਹ ਦੇ ਪ੍ਰੋਗਰਾਮ ਦੀ, ਜੋ ਸਾਡਾ 14 ਅਪ੍ਰੈਲ ਵਿਸਾਖੀ ਦਾ ਸਿੱਖ ਡੇ ਵਜੋਂ ਅਪਰੂਵ ਹੋਇਆ, ਬਿੱਲ ਬਣਿਆ, ਔਰ ਜਿਹੜੀ ਪਹਿਲੀ ਐਨਵਰਸਰੀ ਸੀ ਸਿੱਖ ਅਵੇਅਰਨੈਸ ਮੰਥ ਇਨ ਅਪ੍ਰੈਲ, ਉਹਦੀਆਂ ਮੈਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਅਤੇ ਜਿਹੜਾ ਤੁਸੀਂ ਕੇਸਰੀ ਰੰਗ ਦਾ ਜ਼ਿਕਰ ਕੀਤਾ ਹੈ ਜੀ, ਤਕਰੀਬਨ ਅਸੀਂ ਜਿਹੜੇ ਵੀ ਮੇਰੇ ਵੀਰ ਪਗੜੀ ਦਸਤਾਰ ਸਜਾਉਂਦੇ ਨੇ, ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ, ਕਿਉਂਕਿ ਜਿਹੜਾ ਉੱਤੋਂ ਗੌਰਮੈਂਟ ਵੱਲੋਂ ਸਾਨੂੰ ਕੋਈ ਅਸੀਂ ਬਿੱਲ ਪਾਸ ਕਰਾਉਣੇ ਸੀ ਜਾਂ ਕਾਨੂੰਨ ਬਣਵਾਉਣਾ ਸੀ, ਉਹ ਰੋਲ ਅਸੀਂ ਉਹ ਜਿਹੜਾ ਸਟੇਜ 'ਤੇ ਉਹ ਲੰਘ ਚੁੱਕੇ ਹਾਂ, ਅਸੀਂ ਆਲਰੇਡੀ ਕਰ ਚੁੱਕੇ ਹਾਂ, ਹੁਣ ਸਾਡਾ ਹੱਕ ਬਣਦਾ ਹੈ ਕਿ ਅਸੀਂ ਉਹਨੂੰ ਫੋਲੋ ਕਰੀਏ ਅਤੇ ਉਹਦੇ ਉੱਤੇ ਅਸੀਂ ਆਪ ਇੰਪਲੀਮੈਂਟ ਕਰੀਏ। ਅਤੇ ਮੈਂ ਸਾਰੇ ਹੀ ਤੁਹਾਡੇ ਦਰਸ਼ਕਾਂ ਇਸ ਤੁਹਾਡੇ TV ਦੇ ਰਾਹੀਂ ਔਰ ਸਾਰੇ ਹੀ ਸਰੋਤਿਆਂ ਨੂੰ ਇਹ ਬੇਨਤੀ ਕਰੂੰਗਾ ਵੀ ਜਿੱਥੇ ਜਿੱਥੇ ਵੀ ਕੋਈ ਸਿੱਖ ਵੱਸਦਾ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਜਿਹਦੀ ਵੀ ਕਿਸੇ ਨਾਲ ਕੋਈ ਗੱਲਬਾਤ ਹੁੰਦੀ ਆ, ਇਹ ਮੈਸੇਜ ਪਹੁੰਚਾਈਏ ਵੀ ਭਾਈ ਆਪਾਂ ਅਪ੍ਰੈਲ ਦੇ ਮਹੀਨੇ ਜੇ ਕੋਈ ਪਟਕਾ ਬੰਨਦਾ ਤਾਂ ਉਹ ਕੇਸਰੀ ਪਟਕਾ ਬੰਨੇ, ਜੇ ਕੋਈ ਬੰਦਾ ਪਗੜੀ ਨਹੀਂ ਬੰਨਦਾ, ਦਸਤਾਰਧਾਰੀ ਨਹੀਂ ਹੈ, ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਟਾਈ ਆਪਣੀ ਕੇਸਰੀ ਲਾਵੇ ਪਾਵੇ, ਅਤੇ ਇਸ ਤਰ੍ਹਾਂ ਸਾਨੂੰ ਤਾਂ ਜੋ ਸਾਨੂੰ ਲੋਕ ਪੁੱਛਣ ਵੀ ਅੱਜ ਇਸ ਮਹੀਨੇ ਦੇ ਵਿੱਚ ਸਾਰੇ ਹੀ ਸਿੱਖ ਕਮਿਊਨਿਟੀ ਦੇ ਜੋ ਮੈਂਬਰ ਨੇ ਇਹ ਕੇਸਰੀ ਰੰਗ ਕਿਉਂ ਪਹਿਨਦੇ ਨੇ, ਤਾਂ ਜੋ ਸਾਨੂੰ ਬਾਹਲਾ ਕੁਝ ਦੱਸਣਾ ਨਾ ਪਵੇ ਔਰ ਸਾਡੇ ਕੋਲ ਉਹਦਾ ਆਂਸਰ ਹੋਵੇ ਵੀ ਜਿਸ ਤਰ੍ਹਾਂ ਸੇਂਟ ਪੀਟਰ ਡੇ ਵਾਲੇ ਦਿਨ ਸਾਰੇ ਹੀ ਆਇਰਿਸ਼ ਹਰੀ
ਯੂਨੀਫਾਰਮ ਪਾਉਂਦੇ ਨੇ ਜੀ 20,000 ਸਿੱਖਾਂ ਨੇ ਜੇ ਕੇਸਰੀ ਪਾਇਆ ਹੋਇਆ ਤੇ 20,000 ਸਿੱਖਾਂ ਕੋਲੋਂ ਜੇਕਰ 10-10 ਬੰਦੇ ਉਹਨਾਂ ਨਾਲ ਰਿਲੇਟਡ ਦੂਜੇ ਮੂਲ ਦੇ ਪੁੱਛਣ ਕਿ ਤੁਸੀਂ ਕੇਸਰੀ ਕਿਉਂ ਪਾਉਨੇ ਆ ਤਾਂ 2,00,000 ਬੰਦੇ ਤੱਕ ਤੁਹਾਡੀ 1 ਸਾਲ ਦੇ ਵਿੱਚ 1 ਮਹੀਨੇ ਦੇ ਵਿੱਚ ਆਵਾਜ਼ ਜਿਹੜੀ ਆ ਉਹ ਬੁਲੰਦ ਹੁੰਦੀ ਹੈ। ਦੂਸਰਾ ਤੁਹਾਡਾ ਜਿਹੜਾ ਕੁਐਸਚਨ ਸੀ ਵੀ ਅਸੀਂ ਇਹਨੂੰ ਅੱਗੇ ਕਿਵੇਂ ਤੋਰਾਂਗੇ ਆਪਣੇ ਲੋਕਲ ਕਮਿਊਨਿਟੀ ਦੇ ਵਿੱਚ, ਲੋਕਲ ਸਕੂਲਾਂ ਦੇ ਵਿੱਚ, ਲੋਕਲ ਸਕੂਲਾਂ ਦੀ ਟਾਊਨਸ਼ਿਪ ਦੇ ਵਿੱਚ? ਹਾਂਜੀ, ਉਹਦੇ ਵਿੱਚ ਅਸੀਂ ਪਹਿਲਾਂ ਵੀ ਕੋਸ਼ਿਸ਼ ਕਰ ਰਹੇ ਹਾਂ ਬੋਰਡ ਆਫ ਐਜੂਕੇਸ਼ਨ ਜਾਂ ਸਕੂਲ ਦੇ ਪ੍ਰਿੰਸੀਪਲਾਂ ਨੂੰ ਮਿਲਣ ਵਾਸਤੇ, ਪਰ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਟੇਟ ਹਾਊਸ ਦੇ ਵਿੱਚ ਮੇਰੀ ਸਪੀਚ ਦੇ ਵਿੱਚ ਸੁਣਿਆ ਹੋਣਾ, ਮੈਂ ਸਪੈਸ਼ਲ ਤੌਰ 'ਤੇ ਰਿਕੁਐਸਟ ਕੀਤੀ ਸੀ ਕਮਿਸ਼ਨਰ ਆਫ ਐਜੂਕੇਸ਼ਨ ਨੂੰ ਵੀ ਤੁਸੀਂ ਨੋਟੀਫਿਕੇਸ਼ਨ ਜਾਰੀ ਕਰੋ ਸਕੂਲਾਂ ਨੂੰ, ਔਰ ਉਹ ਐਗਰੀ ਹੋਇਆ ਵੀ ਮੈਂ ਕਰਾਂਗਾ ਜੀ। ਕਿਉਂਕਿ ਹਾਲ ਦੀ ਘੜੀ ਸਾਨੂੰ ਜਦੋਂ ਸਕੂਲ ਦੇ ਵਿੱਚ ਜਾਂਦੇ ਹਾਂ ਤਾਂ ਪ੍ਰਿੰਸੀਪਲ ਕੋਲੋਂ ਇਹ ਆਂਸਰ ਮਿਲਦਾ, ਦੇਖੋ ਜੀ ਇੱਥੇ ਬਹੁਤ ਧਰਮਾਂ ਦੇ ਲੋਕ ਨੇ, ਅਸੀਂ ਕਿਹਦਾ ਕੀ ਕਰੀਏ, ਅਸੀਂ ਕਰ ਨਹੀਂ ਸਕਦੇ। ਪਰ ਹੁਣ ਜਦੋਂ ਕਾਨੂੰਨ ਹੀ ਬਣ ਗਿਆ, ਕਮਿਸ਼ਨਰ ਰੂਲ ਬਣ ਗਿਆ, ਕਮਿਸ਼ਨਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋ ਜਾਏਗੀ ਤਾਂ ਆਟੋਮੈਟਿਕਲੀ ਸਾਨੂੰ ਬਾਹਲਾ ਕੁਝ ਕਰਨ ਦੀ ਲੋੜ ਨਹੀਂ ਪੈਣੀ, ਪਰ ਫਿਰ ਵੀ ਸਾਨੂੰ ਉੱਥੇ ਤੱਕ ਆਪ ਪਹੁੰਚ ਕਰਨੀ ਪੈਣੀ ਆ। ਔਰ ਦੂਸਰੀ, ਅੱਜ ਤੁਸੀਂ ਉੱਥੇ ਕੁਛ ਮਹਿਮਾਨਾਂ ਨੂੰ ਮਿਲੇ ਹੋ, ਕੱਲ੍ਹ ਉੱਥੇ ਮਹਿਮਾਨਾਂ ਨੂੰ ਮਿਲੇ ਹੋ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜੀ ਸਟੇਟ ਕੈਪੀਟਲ ਦੇ, ਉੱਥੇ ਇੱਕ ਬੀਬੀ ਕਮਲਪ੍ਰੀਤ ਕੌਰ ਨੇ ਸਪੀਚ ਦਿੱਤੀ ਸੀ, ਕਮਲਪ੍ਰੀਤ ਰੰਧਾਵਾ ਜੀ, ਉਹਨਾਂ ਦੀਆਂ ਨੌਜਵਾਨ ਬੱਚੀਆਂ ਔਰ ਸਾਡੇ ਕਈ ਸਿੱਖ ਨੌਜਵਾਨ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਸਕੂਲਾਂ ਦੇ ਨਾਲ ਪਹਿਲਾਂ ਤੋਂ ਹੀ ਚੱਲੇ ਹੋਏ ਹਨ, ਸੋ ਉਹਨਾਂ ਨੂੰ ਇਹ ਅੱਜ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੋਇਆ ਇਹਦੇ ਨਾਲ ਉਹਨਾਂ ਨੂੰ ਹੋਰ ਤਾਕਤ ਮਿਲੀ ਆ, ਇਨਸਪਾਇਰੇਸ਼ਨ ਮਿਲਦੀ ਹੈ ਜੀ ਜੀ ਜੀ। ਲਵਾਂਗਾ ਛੋਟਾ ਜਿਹਾ ਬ੍ਰੇਕ ਦੋਸਤੋ, ਪ੍ਰੋਗਰਾਮ ਨੂੰ ਜਾਰੀ ਰੱਖੀਏ, ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਕੋਈ ਵੀ ਤੁਹਾਡੇ ਮਨ ਮੰਦਰਾਂ ਦੇ ਵਿੱਚ ਸਵਾਲ ਹੈ, ਜਸਟ ਈਮੇਲ ਮੀ riyad@justbroadcasting.com ਔਰ info@justbroadcasting.com। ਹਰਜਿੰਦਰ ਜੀ, ਬਾਖੂਬੀ ਮੈਂ ਸਵਾਲ ਤੁਹਾਡੇ ਖੇਮੇ ਦੇ ਵਿੱਚ ਪਾਇਆ ਸੀ ਕਿ ਅਸੀਂ ਘਰਾਂ ਤੋਂ ਇਸ ਮੁਹਿੰਮ ਦਾ ਆਗਾਜ਼ ਕਿਵੇਂ ਕਰੀਏ? ਹਾਂਜੀ ਰਿਆੜ ਜੀ, ਜਿਹੜਾ ਤੁਹਾਡਾ ਕੁਐਸਚਨ ਹੈ ਉਹਨੂੰ ਮੈਂ ਥੋੜ੍ਹਾ ਇਸ ਤਰੀਕੇ ਨਾਲ ਜਵਾਬ ਦੇਵਾਂਗਾ ਜੀ। ਸਾਡੇ ਜਿਹੜੇ ਗੁਰਦੁਆਰੇ ਨੇ ਉਹ ਸਾਡੇ ਸਿੱਖੀ ਦਾ ਕੇਂਦਰ ਨੇ, ਜਿੱਥੇ ਕਿ ਅਸੀਂ ਬੱਚਿਆਂ ਨੂੰ ਸਿੱਖ ਹਿਸਟਰੀ, ਪੰਜਾਬੀ, ਹੋਰ ਸਿੱਖੀ ਬਾਰੇ ਐਜੂਕੇਸ਼ਨ ਜਿਹੜੀ ਹੈ ਸੰਡੇ ਸਕੂਲ ਵਿੱਚ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਸੇ ਲਾਈਨਸ ਨੂੰ ਫੋਲੋ ਕਰਦੇ ਹੋਏ ਅਸੀਂ ਇਹ ਮੈਸੇਜ ਜਿਹੜਾ ਬੱਚਿਆਂ ਨੂੰ ਅੱਗੇ ਵੀ ਦੇ ਰਹੇ ਹਾਂ ਅਤੇ ਅਗਾਂਹ ਵੀ ਦੇਵਾਂਗੇ ਜੀ। ਅਤੇ ਮੈਂ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਹੈ ਵੀ ਮੈਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹਦਾ ਕਿ ਮੈਂ ਮੀਡੀਆ ਸਪੋਕਸਮੈਨ ਹਾਂ, ਇਹ ਕੋਈ 84-85 ਗੁਰੂ ਘਰ ਨੇ USA ਦੇ, ਮੋਸਟਲੀ ਈਸਟ ਕੋਸਟ ਅਤੇ ਮਿਡ ਵੈਸਟ ਵਿੱਚ ਜੀ, ਸਾਊਥ ਵੈਸਟ ਵਿੱਚ ਵੀ। ਇਹ ਇਹਨਾਂ ਦੀ ਇੱਕ ਅੰਬਰੇਲਾ ਔਰਗਨਾਈਜੇਸ਼ਨ ਜਿਹੜੀ ਕਿ ਸਿੱਖ ਆਈਡੈਂਟੀ ਦਾ ਇਹਨਾਂ ਦਾ ਮੇਨ ਮੁੱਦਾ ਹੈ ਜੀ। ਅਤੇ ਇਹ ਅੱਜ ਤੋਂ 2015 ਦੇ ਵਿੱਚ ਇਹ ਹੋਂਦ ਵਿੱਚ ਆਈ ਸੀ ਜੀ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਈ ਸੀ ਸਪੋਂਟੇਨੀਅਸਲੀ। ਉਸ ਤੋਂ ਬਾਅਦ ਇਹਨਾਂ ਨੇ ਕਈ ਪ੍ਰੋਜੈਕਟਸ ਕੀਤੇ ਨੇ। ਜਿਹੜਾ ਪਹਿਲਾ ਪ੍ਰੋਜੈਕਟ ਸੀ ਉਹ ਸੀ ਵੀ ਅਸੀਂ ਇੱਕ, ਜਿੱਦਾਂ ਕਿ ਹੁਣ ਨਿਊ ਜਰਸੀ ਸਿੱਖ ਡੇ ਦੀ ਅਸੀਂ ਗੱਲ ਕਰ ਰਹੇ ਹਾਂ ਜੀ, ਸਾਡਾ ਜਿਹੜਾ ਅਲਟੀਮੇਟ ਏਮ ਹੈਗਾ ਵੀ ਸਾਰੀਆਂ ਸਟੇਟਾਂ ਦੇ ਵਿੱਚੋਂ ਇਹੋ ਜਿਹੇ ਦਿਨ ਪਾਸ ਕਰਾ ਕੇ ਫੈਡਰਲ ਲੈਵਲ 'ਤੇ ਇੱਕ ਨੈਸ਼ਨਲ ਸਿੱਖ ਡੇ ਜਿਹੜਾ ਉਹ ਡਿਕਲੇਅਰ ਕੀਤਾ ਜਾਵੇ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਜਿਹੜੀ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਹੈ ਉਹ ਵਾਸ਼ਿੰਗਟਨ DC ਵਿੱਚ ਕੱਢੀ ਜਾਂਦੀ ਹੈ ਹਰ ਸਾਲ ਜੀ, ਜਿਹੜੀ ਕਿ ਚੌਥੀ ਪਰੇਡ ਜਿਹੜੀ 2016 'ਚ ਪਹਿਲੀ ਸੀ 17-18 ਅਤੇ ਹੁਣ 19 ਦੀ ਪਰੇਡ ਜਿਹੜੀ ਹੈ ਉਹ 6 April 2019 ਨੂੰ ਸਨਿਚਰਵਾਰ ਦੇ ਦਿਨ ਵਾਸ਼ਿੰਗਟਨ DC ਵਿੱਚ ਹੋਏਗੀ। ਉਸ ਦਾ ਜਿਹੜਾ ਮੇਨ ਜਿਹੜਾ ਸਲੋਗਨ ਹੈ, ਜਿਹੜਾ ਮੇਨ ਓਬਜੈਕਟਿਵ ਹੈ ਅਤੇ ਜਿੰਨੇ ਅਸੀਂ ਫਲਾਇਰਸ ਡਿਸਟ੍ਰੀਬਿਊਟ ਕਰਦੇ ਹਾਂ ਉਹ ਸਿੱਖ ਆਈਡੈਂਟੀ ਵਾਸਤੇ ਹੀ ਨੇ ਅਤੇ ਸਿੱਖ ਸਿਰਜਣਾ ਦਿਵਸ ਵਾਸਤੇ ਨੇ। ਅਤੇ ਉਹ ਮੈਸੇਜ ਜਿਹੜਾ ਜਦੋਂ ਨੈਸ਼ਨਲ ਕੈਪੀਟਲ ਜਦੋਂ ਅਪ੍ਰੈਲ 'ਚ ਪਰੇਡ ਹੁੰਦੀ ਹੈ ਉਸ ਵੇਲੇ ਬਹੁਤ ਵਿਜ਼ਟਰ ਆਲ ਓਵਰ ਦਾ ਵਰਲਡ ਅਤੇ ਸਾਰੇ USA ਦਾ ਉੱਥੇ ਹੁੰਦਾ ਹੈ। ਅਤੇ ਉੱਥੇ ਇੱਕ ਵੱਡਾ ਫੈਸਟੀਵਲ ਹੁੰਦਾ ਚੈਰੀ ਬਲੋਸਮ ਫੈਸਟੀਵਲ, ਇਹਦੇ ਇਰਦ ਗਿਰਦ ਹੀ ਇਹ ਪਰੇਡ ਹੁੰਦੀ ਹੈ। ਅਤੇ ਸਾਨੂੰ ਉੱਥੇ ਬੜੀ ਆਡੀਅੰਸ ਮਿਲਦੀ ਹੈ, ਮੌਸਮ ਵੀ ਬੜਾ ਵਧੀਆ ਹੁੰਦਾ ਅਤੇ ਇਹ ਸਾਨੂੰ ਬੜੀ ਵੱਡੀ ਓਪਰਚੁਨਿਟੀ ਜਿਹੜੀ ਹੈ ਇਹ ਮਿਲਦੀ ਹੈ, ਜਿਹੜੀ ਕਿ ਪਰੇਡ ਜਿਹੜੀ ਕਿ ਲਿੰਕਨ ਮੈਮੋਰੀਅਲ ਜਿਹੜਾ ਕਿ
ਜਿਹੜਾ ਲੋਕੇਸ਼ਨ ਹੈਗੀ ਹੈ ਵਾਸ਼ਿੰਗਟਨ ਡੀਸੀ ਦੀ ਅਤੇ ਈਵਨ ਵਰਲਡ ਦੀ, ਉੱਥੋਂ ਸ਼ੁਰੂ ਹੋ ਕੇ ਕੋਨਸਟੀਟਿਊਸ਼ਨ ਐਵਨਿਊ ਤੋਂ ਜਾ ਕੇ ਇਹ ਪਰੇਡ ਜਿਹੜੀ ਕੈਪੀਟਲ US ਕੈਪੀਟਲ 'ਤੇ ਖਤਮ ਹੁੰਦੀ ਹੈ। ਜੀ 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 ਅਤੇ ਇਸ ਕਰਕੇ ਇਹ ਜਿਹੜਾ ਅਸੀਂ ਮੈਸੇਜ ਜਿਹੜਾ ਹੈ, ਤੁਸੀਂ ਜਿਹੜਾ ਪਹਿਲਾਂ ਦੱਸਿਆ ਵੀ ਸਕੂਲਾਂ 'ਚ ਜਾਣਾ ਲੋਕਲ ਲੈਵਲ 'ਤੇ, ਲੋਕਲ ਲੈਵਲ ਤੋਂ ਗੁਰਦੁਆਰਿਆਂ ਤੋਂ ਲੋਕਲ ਲੈਵਲ, ਅਤੇ ਹੁਣ ਅਸੀਂ ਨੈਸ਼ਨਲ ਲੈਵਲ 'ਤੇ ਪਹੁੰਚਾ ਰਹੇ। ਜੀ ਵਿਦੇਸ਼ਾ ਜੀ, ਤੁਹਾਨੂੰ ਸਵਾਲ ਹੈ ਕਿ ਮੈਂ ਇਹ ਗੱਲ ਕੀਤੀ ਸੀ ਕਿ ਜੜ੍ਹਾਂ ਤੋਂ ਬ੍ਰਾਂਚਸ ਤੱਕ ਅਤੇ ਬ੍ਰਾਂਚਸ ਤੋਂ ਪੱਤਿਆਂ ਤੱਕ ਦਾ ਸਫ਼ਰ ਖਾਸ ਤੌਰ ਦੇ ਉੱਤੇ, ਫਿਰ ਮੇਰਾ ਖਿਆਲ ਹੈ ਕਿ ਕੇਸਰੀ ਵੱਧ ਹੋਰ ਗੂੜ੍ਹਾ ਹੋਏਗਾ। ਕਿ ਸਵਾਲ ਮੈਂ ਭਾਅ ਜੀ ਹਰਜਿੰਦਰ ਹੋੜਾ ਵਾਲਾ ਹੀ ਤੁਹਾਨੂੰ ਕਰਾਂਗਾ ਕਿ ਅਸੀਂ ਕਿਵੇਂ ਗੁਰਦੁਆਰਿਆਂ ਦੇ ਵਿੱਚੋਂ ਮੈਸੇਜ ਕ੍ਰੀਏਟ ਕਰ ਸਕਦੇ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਗੁਰਦੁਆਰੇ ਦੇ ਵਿੱਚੋਂ ਉਸ ਗੱਲ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਆਪਣੇ ਬੱਚਿਆਂ ਦੇ ਵਿੱਚ ਜਾਵੇ ਕਿ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ, ਸਪੈਨਿਸ਼, ਵਾਈਟ, ਬਲੈਕ, ਉਹਨਾਂ ਦੇ ਦੋਸਤ ਮਿੱਤਰ ਹੁੰਦੇ ਨੇ, ਉਹ ਉੱਥੇ ਬੱਚਿਆਂ ਦੇ ਵਿੱਚ ਸਿੱਖ ਕੌਮ ਦੇ ਬਾਰੇ 'ਚ ਔਰ ਐਪਰਲ ਦੇ ਬਾਰੇ 'ਚ ਔਰ ਇਸ ਕੇਸਰੀ ਦੇ ਬਾਰੇ 'ਚ ਜਿਹੜਾ ਹੈ ਉਹ ਆਪਣੀ ਵਿਚਾਰਧਾਰਾ ਉਹਨਾਂ ਬੱਚਿਆਂ ਨਾਲ ਸਾਂਝੀ ਕਰਨ, ਅਤੇ ਆਉਣ ਵਾਲੀ 5-7 ਸਾਲ ਤੱਕ ਦੀ ਜਿਹੜੀ ਜਨਰੇਸ਼ਨ ਜਵਾਨ ਹੋ ਰਹੀ ਹੈ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਉਹਨਾਂ ਤੱਕ ਇਹ ਮੈਸੇਜ ਜਾਵੇ, ਕਿਵੇਂ ਜਾ ਸਕਦਾ? ਹਾਂਜੀ, ਤੁਹਾਡੀ ਜਿਸ ਤਰ੍ਹਾਂ ਤੁਸੀਂ ਕੁਐਸਚਨ ਕੀਤਾ ਹੈਗਾ, ਇਹ ਜਿਹੜੇ ਬੱਚਿਆਂ ਦਾ ਸਾਡੇ ਸਟੂਡੈਂਟਸ ਨੇ, ਸਾਡੇ ਸਿੱਖ ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ, ਇਹ ਸਾਡੇ ਵਧੀਆ ਮੈਸੇਂਜਰ ਦਾ ਕੰਮ ਕਰਦੇ ਨੇ ਇਸ ਕੰਮ ਲਈ। ਵੈਰੀ ਗੁੱਡ, ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਦੱਸਾਂਗੇ ਔਰ ਬੱਚੇ ਇਸ ਦੀ ਕੀਮਤ ਵੀ ਸਮਝਦੇ ਨੇ, ਇਹਦੀ ਵੈਲਿਊ ਸਮਝਦੇ ਨੇ, ਉਹਨਾਂ ਨੂੰ ਪਤਾ ਕਿਉਂਕਿ ਉਹਨਾਂ ਨੂੰ ਬੁਲਿੰਗ ਹੋ ਰਹੀ ਆ, ਡਿਸਕ੍ਰਿਮੀਨੇਸ਼ਨ ਹੋ ਰਿਹਾ ਹਰ ਲੈਵਲ 'ਤੇ, ਕਿਤੇ ਨਾ ਕਿਤੇ ਈਵਨ ਲੋਕਲ ਗਵਰਨਮੈਂਟ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਹੋ ਰਿਹਾ, ਕਿਉਂਕਿ ਅਸੀਂ ਮਨੋਰਟੀ 'ਚ ਹਾਂ, ਸਾਡੀ ਇਕੱਲੀ ਮਨੋਰਟੀ ਨਾਲ ਨਹੀਂ ਹੋਰ ਮਨੋਰਟੀਆਂ ਨਾਲ ਵੀ ਹੁੰਦਾ। ਇਸ ਕਰਕੇ ਬੈਸਟ ਸਾਡਾ ਸਲੂਸ਼ਨ ਇਹੀ ਆ ਵੀ ਅਸੀਂ ਆਪਣੇ ਘਰ ਤੋਂ ਸ਼ੁਰੂ ਕਰੀਏ, ਪਹਿਲਾਂ ਆਪਣੇ ਪਰਿਵਾਰ ਨੂੰ, ਹਰ ਇੱਕ ਪਰਿਵਾਰ ਘਰ ਦੇ ਮੈਂਬਰ ਨੂੰ ਸਾਨੂੰ ਇਹ ਡਿਊਟੀ ਨਿਭਾਉਣੀ ਪੈਣੀ ਆ ਵੀ ਆਪਾਂ ਜਿਹਨੂੰ ਵੀ ਮਿਲਦੇ ਹੈਗੇ ਹਾਂ ਉਹਨੂੰ ਥੋੜ੍ਹਾ ਬਹੁਤ ਆਪਣੇ ਸਿੱਖਾਂ ਬਾਰੇ ਦੱਸੀਏ, ਸਾਡੀ ਆਈਡੈਂਟੀ ਕੀ ਆ। ਹੁਣ ਕਈ ਵਾਰੀ ਮੌਕਾ ਮਿਲਦਾ ਅਸੀਂ ਬਾਹਰ ਜਾਂਦੇ ਹਾਂ, ਕਈ ਵਾਰੀ ਮੇਰੇ ਵੀਰ ਟਰਬਨਬੰਦੀ ਕਰਕੇ, ਦਸਤਾਰਬੰਦੀ ਕਰਕੇ ਸੜਕ 'ਤੇ ਜਾਂਦਾ ਨੂੰ ਸਲਾਮ ਵਾਲੇਕਮ ਕਹਿੰਦੇ ਆ, ਉਹਨਾਂ ਨੂੰ ਕਹਿੰਦਾ ਥੈਂਕ ਯੂ ਸਲਾਮ ਵਾਲੇਕਮ, ਪਰ ਉਹਨਾਂ ਨੂੰ ਫਿਰ ਦੱਸੀਦਾ ਵੀ ਨਹੀਂ ਅਸੀਂ ਸਿੱਖ ਹਾਂ, ਅਸੀਂ ਪੰਜਾਬ ਤੋਂ ਹਾਂ, ਇੰਡੀਆ ਤੋਂ ਹਾਂ, ਸਿੱਖ ਅਮੈਰੀਕਨ ਹਾਂ। ਅਤੇ ਇਸ ਤਰ੍ਹਾਂ ਮਤਲਬ ਦਸਤਾਰ ਦੀ ਤੁਹਾਡੀ ਪਹਿਚਾਣ ਕਰਕੇ ਤੁਹਾਨੂੰ ਕੋਈ ਗੋਰਾ ਵੀ ਚੰਗਾ ਅਪ ਟੂ ਡੇਟ ਗੋਰਾ ਵੀ ਜਾਂਦਾ ਹੁੰਦਾ ਨਾ, ਉਹ ਵੀ ਤੁਹਾਨੂੰ ਹੈਲੋ ਬੁਲਾਉਂਦਾ ਗਾ ਅਤੇ ਸਾਨੂੰ ਗੱਲ ਕਰਨ ਦਾ ਮੌਕਾ ਮਿਲਦਾ। ਔਰ ਸਾਨੂੰ ਇਸ ਤਰ੍ਹਾਂ ਹੀ ਵੀ ਇਕੱਲੇ ਬੱਚਿਆਂ ਤੋਂ ਹੀ ਨਹੀਂ, ਸਾਨੂੰ ਸਿਆਣਿਆਂ ਨੂੰ ਵੀ ਹਰ ਇੱਕ ਬੰਦੇ ਨਾਲ ਕਮਿਊਨੀਕੇਟ ਕਰਨਾ ਚਾਹੀਦਾ। ਜਿਸ ਤਰ੍ਹਾਂ ਚਲੋ ਗੈਸ ਸਟੇਸ਼ਨ 'ਤੇ ਸਾਡੇ ਨੌਜਵਾਨ ਕੰਮ ਕਰਦੇ ਨੇ, ਜਾਂ ਟੈਕਸੀਆਂ ਚਲਾਉਂਦੇ ਨੇ, ਜਾਂ ਆਪਣੇ ਰੈਸਟੋਰੈਂਟ 'ਚ ਮੁੰਡੇ ਕੰਮ ਕਰਦੇ ਨੇ ਪੱਗਾਂ ਵਾਲੇ, ਸਾਨੂੰ ਜਦੋਂ ਕੋਈ ਬੰਦਾ ਕੁਐਸਚਨ ਕਰਦਾ ਵੀ ਤੁਸੀਂ ਕੌਣ ਹੋ, ਤਾਂ ਸਾਨੂੰ ਜਕੜਾ ਨਹੀਂ ਚਾਹੀਦਾ, ਸਾਨੂੰ ਖੁੱਲ੍ਹ ਕੇ ਦੱਸਣਾ ਚਾਹੀਦਾ। ਔਰ ਇਹ ਵੀ ਦੱਸਣਾ ਚਾਹੀਦਾ ਵੀ ਸਿੱਖ ਕੌਮ ਦੇ ਵਿੱਚ ਅਸੀਂ ਸਭ ਨੂੰ ਬਰਾਬਰਤਾ ਦਿੰਦੇ ਹਾਂ ਔਰ ਸਰਬੱਤ ਦਾ ਅਸੀਂ ਭਲਾ ਮੰਗਦੇ ਹਾਂ। ਰਾਈਟ 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 ਰਾਈਟ, ਇਸ ਕਰਕੇ ਸਭ ਤੋਂ ਵਧੀਆ ਸਿਸਟਮ ਸਾਡੇ ਪਰਿਵਾਰਾਂ 'ਤੇ ਚੱਲਦਾ ਹੈ। ਰਾਈਟ ਦੋਸਤੋ, ਇਹ ਬਹੁਤ ਮੈਂ ਸਮਝਾਂਗਾ ਕਿ ਇੱਕ ਪਾਏਦਾਰ ਵਿਚਾਰ ਨੇ, ਕਿਉਂਕਿ ਮਸਲਾ ਇਸ ਗੱਲ ਦਾ ਕਿ ਅਸੀਂ ਤੁਹਾਨੂੰ ਅਕਸਰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਸ ਬ੍ਰੌਡਕਾਸਟਿੰਗ ਦਾ ਸਾਡਾ ਇਹ ਪ੍ਰੋਗਰਾਮ ਜਿਹੜਾ ਉਹ ਪ੍ਰੋਗਰਾਮ ਤੋਂ ਵੀ ਉੱਪਰ ਉੱਠ ਕੇ ਇੱਕ ਸੱਤ ਹੈ, ਕਿਉਂਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ, ਆਪਣੀ ਕਮਿਊਨਿਟੀ ਦੀ ਵਿਚਾਰਧਾਰਾ ਦੇ ਨਾਲ, ਆਪਣੀ ਕਮਿਊਨਿਟੀ ਦੇ ਮੰਗਾਂ ਦੇ ਨਾਲ, ਆਪਣੀ ਕਮਿਊਨਿਟੀ ਦੇ ਮਸਲਿਆਂ ਦੇ ਨਾਲ ਅਸੀਂ ਹਮੇਸ਼ਾ ਜਿਹੜੇ ਆ ਉਹ ਪੰਜਾਬੀਅਤ ਦੇ ਨਾਲ, ਸਿੱਖੀ ਦੇ ਨਾਲ ਹਮੇਸ਼ਾ ਤੌਰ ਦੇ ਉੱਤੇ ਖੜ੍ਹੇ ਹੋਏ ਹਾਂ। ਔਰ ਇਹ ਇੱਕ ਕਿਸਮ ਦੀ ਸੱਤ ਹੈ, ਔਰ ਜਿੱਥੇ ਤੱਕ ਮੈਂ ਸਮਝਾਂਗਾ ਕਿ ਸਾਰੇ ਦੋਸਤ ਮਿੱਤਰ ਜਿੰਨੇ ਵੀ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਔਰ ਬਕਾਇਦਾ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਦੀਦਿਆਂ ਨੂੰ ਰੌਸ਼ਨ ਕਰਨ ਵਾਲੀ ਜਿੱਥੇ ਤੱਕ ਵੀ ਪੰਜਾਬੀਆਂ ਦੀ ਕਾਇਨਾਤ ਬੈਠੀ ਹੈ, ਉਹ ਇਸ ਪ੍ਰੋਗਰਾਮ ਨੂੰ ਘੱਟੋ ਘੱਟ ਆਪਣੇ ਬੱਚਿਆਂ ਤੱਕ ਵੀ ਜ਼ਰੂਰ ਲੈ ਕੇ ਜਾਣਗੇ, ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਔਰ ਬੈਠੇ ਹੋਏ ਸਾਡੇ ਜਥੇਬੰਦੀਆਂ ਔਰ ਗੁਰੂ ਘਰਾਂ ਦੇ ਪ੍ਰਬੰਧਕਾਂ ਕੋਲੋਂ ਚੰਗੀ ਉਮੀਦ ਦੇ ਨਾਲ, ਚੰਗੀ ਸਰਾਹਨਾ ਦੇ ਨਾਲ ਅਸੀਂ ਉਹਨਾਂ ਦੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਪੜਾਅ ਦੇ ਵਿੱਚ ਕਰਾਂਗੇ। ਸ਼ਾਮਲ ਪ੍ਰੋਗਰਾਮ ਰਹੇਗਾ ਜਾਰੀ, ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹੈ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਜਸਟ ਈਮੇਲ ਵੀ ਕੋਈ ਵੀ ਕੁਐਸਚਨ ਹੈ riyad@justbroadcasting.com ਔਰ info@justbroadcasting.com। ਇੱਕ ਵਾਰੀ ਫੇਰ ਸਵਾਗਤ ਹੈ ਵੱਖ ਵੱਖ ਗੁਰੂ ਘਰਾਂ ਅਤੇ ਜਥੇਬੰਦੀਆਂ ਤੋਂ ਆਏ ਹੋਏ ਨੁਮਾਇੰਦਿਆਂ ਦਾ, ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਨੁਮਾਇੰਦੇ ਵੀ ਇੱਥੇ ਪਹੁੰਚੇ ਨੇ। ਬਾਬਾ ਬੰਦਾ ਸਿੰਘ ਬਹਾਦਰ ਐਸੋਸੀਏਸ਼ਨ ਦੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਭਾਈ ਰਜਿੰਦਰ ਸਿੰਘ ਜੀ, ਭਾਈ ਰਜਿੰਦਰ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਕੀ ਸੁਝਾਅ ਹੈ?
ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਾ ਪ੍ਰੋਗਰਾਮ ਜੋ ਵੀ ਹੋਇਆ ਜੀ, ਆਪਣੇ ਮਤਾ ਪਾਸ ਹੋਇਆ ਨਿਊ ਜਰਸੀ ਦੀ ਸੈਨੇਟ ਦੇ ਵਿੱਚ, ਇਹ ਸਿੱਖਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ, ਕਿਉਂਕਿ ਜਿੱਥੇ ਸਾਡਾ ਅਪ੍ਰੈਲ ਅਵੇਅਰਨੈਸ ਦਾ ਮੰਥ ਹੈ, ਉੱਥੇ 14 ਅਪ੍ਰੈਲ ਸਾਡਾ ਆਪਣਾ ਸਿੱਖ ਨੈਸ਼ਨਲ ਡੇ ਦੇ ਤੌਰ 'ਤੇ ਪ੍ਰਵਾਨਿਤ ਕੀਤਾ ਹੈ ਗਵਰਨਮੈਂਟ ਨਿਊ ਜਰਸੀ ਦੀ ਨਾ। ਅਸੀਂ ਸਮੁੱਚੇ ਭਾਈਚਾਰੇ ਵੱਲੋਂ ਵੀ ਨਿਊ ਜਰਸੀ ਦੀ ਗਵਰਨਮੈਂਟ ਦਾ ਧੰਨਵਾਦ ਕਰਦੇ, ਅਤੇ ਬਾਕੀ ਇਹ ਜਿਹੜਾ ਸਿੱਖ ਕੋਆਰਡੀਨੇਸ਼ਨ ਈਸਟ ਕੋਸਟ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ, ਇਹਦੇ ਪਿੱਛੇ ਵੀ ਸਮਝ ਲਓ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪੰਜਾਬ 'ਚ ਬੇਅਦਬੀ ਹੋਈ ਉਹਦੇ ਵਿੱਚੋਂ ਹੀ ਉਭਾਰ ਪੈਦਾ ਹੋਇਆ ਸੀ। ਉਸ ਉਭਾਰ ਨੇ ਇਹ ਅੱਜ ਜਿਹੜਾ ਸਾਨੂੰ ਮੁਕਾਮ 'ਤੇ ਖੜ੍ਹਾ ਕੀਤਾ। ਆਉਣ ਵਾਲੇ ਟਾਈਮਾਂ ਵਿੱਚ ਵੀ ਇਸ ਨਿਊ ਜਰਸੀ ਸਟੇਟ ਦੇ ਨੁਮਾਇੰਦਿਆਂ ਨੇ ਅਤੇ ਸਿੱਖ ਕੋਆਰਡੀਨੇਟ ਈਸਟਕੋ ਕਮੇਟੀ ਵੱਲੋਂ ਜਿਹੜਾ ਉਪਰਾਲਾ ਕੀਤਾ ਉਹ ਤੋਂ ਸਿੱਧ ਲੇਖ ਹੈ, ਬਾਕੀ ਸਟੇਟਾਂ ਵਿੱਚ ਵੀ ਇਹ ਸਾਰੇ ਉਪਰਾਲੇ ਕਰਨਗੇ। ਅਸੀਂ ਸਾਰਿਆਂ ਦਾ ਹਰ ਜਗ੍ਹਾ ਪਹੁੰਚ ਕੇ ਸਹਿਯੋਗ ਦੇਵਾਂਗੇ, ਅਤੇ ਇਹੀ ਬੇਨਤੀ ਹੈ ਵੀ ਵੱਧ ਤੋਂ ਵੱਧ, ਕਿਉਂਕਿ ਜੇ ਸਿੱਖ ਕੌਮ ਬਾਰੇ ਸਾਰੇ USA ਵਿੱਚ ਪਤਾ ਹੋ ਗਿਆ, ਉਹ ਤੋਂ ਬਾਅਦ ਸਾਡੀਆਂ ਜੋ ਮੰਗਾਂ ਵੀ ਉਹਨਾਂ ਵਾਸਤੇ ਵੀ ਧਿਆਨ ਦੇਣਗੇ। ਪਹਿਲਾ ਸਟੈਪ ਜੋ ਪੁੱਟਿਆ ਗਿਆ ਗੁਰੂ ਸਾਹਿਬ ਜੀ ਨੇ ਬੜੀ ਬੇਅੰਤ ਬਖਸ਼ਿਸ਼ ਕੀਤੀ ਹੈ ਜੀ। ਜੀ ਮੈਂ ਫਿਰ ਆਪਣੇ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਜੀ। ਥੈਂਕ ਯੂ ਜੀ। ਸਰਦਾਰ ਸਾਹਿਬ ਪਿੱਛੇ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ, ਕਹਿਣਾ ਚਾਹੁੰਦੇ ਕਿਹਨਾਂ ਨੇ, ਤੁਸੀਂ ਬੋਲਣਾ ਜੀ? ਹਾਂਜੀ, ਇਹਨਾਂ ਨੂੰ ਦਿਓ ਸਰਦਾਰ ਸਾਹਿਬ ਨੂੰ ਮਾਈਕ। ਹਾਂਜੀ ਸਰਦਾਰ ਸਾਹਿਬ ਕੀ ਕਹੋਗੇ ਜੀ, ਆਪਣਾ ਨਾਮ ਜ਼ਰੂਰ ਦੱਸ ਦੇਣਾ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਵਤਾਰ ਸਿੰਘ ਬੰਬਰਾ, ਰਾਮਗੜੀਆ ਸਿੱਖ ਸੁਸਾਇਟੀ ਅਤੇ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਵੱਲੋਂ ਜੋ ਇਹ ਕਾਰਜ ਨਿਊ ਜਰਸੀ ਦੇ ਵਿੱਚ ਹੋਇਆ, ਇਸ ਦੀ ਸਮੁੱਚੇ ਸਿੱਖ ਪੰਥ ਨੂੰ ਔਰ ਨਾਨਕ ਨਾਮ ਸੇਵਾ ਜੋ ਵੀ ਸੰਗਤਾਂ ਹੈਗੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਔਰ ਜੋ ਇਹਨਾਂ ਨੇ ਕੰਮ ਕੀਤਾ ਬਹੁਤ ਹੀ ਸ਼ਲਾਘਾ ਜੋ ਕੰਮ ਕੀਤਾ, ਔਰ ਇਹਦੇ ਵਿੱਚ ਸਾਡੀ ਜੋ ਪਛਾਣ ਆ ਉਹ ਉਸਦਾ ਸਾਡੇ ਜੋ ਮੁੱਦੇ ਆ ਉਹ ਉੱਭਰ ਕੇ ਜੋ ਸਾਡੇ ਸਕੂਲਾਂ ਦੇ ਬੱਚਿਆਂ ਦੀਆਂ ਪ੍ਰੋਬਲਮਾਂ ਆ ਰਹੀਆਂ ਵਾ, ਉਹ ਜੋ ਸਾਡੀ ਕੌਮ ਦਾ ਮਸਲੇ ਸਾਰੇ ਜਿਹੜੇ ਆ ਉਹ ਆਪ ਹੁਣ ਸੰਗਤਾਂ ਦੇ ਸਾਹਮਣੇ ਇਸ ਗੌਰਮੈਂਟ ਦੇ ਸਾਹਮਣੇ ਆਏ ਆ। ਉਹ ਮੈਂ ਜੋ ਵੀ ਇਹ ਉਪਰਾਲਾ ਕੀਤਾ ਬਹੁਤ ਹੀ ਸੋਹਣਾ ਵਾ, ਮੈਂ ਸਮੁੱਚੀ ਪ੍ਰਬੰਧਕ ਜਿਹੜੇ ਵੀ ਸੱਜਣ ਹੈਗੇ ਇਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ, ਔਰ ਜਸ ਅਦਾਰੇ ਨੇ ਵੀ ਜੋ ਇਹ ਉਪਰਾਲਾ ਕਰਕੇ ਸਾਰੇ ਸਮੁੱਚੀ ਕੌਮ ਦੇ ਵਿੱਚ ਇਹ ਜਾਗਰਤੀ ਫੈਲਾਈ ਆ, ਉਹ ਇਹਦੇ ਵੀ ਸ਼ਲਾਘਾ ਜੋ ਕੰਮ ਤੁਹਾਡਾ, ਔਰ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਵੱਧ ਚੜ੍ਹ ਕੇ ਸਿੱਖ ਕੌਮ ਨੂੰ ਅੱਗੇ ਆਪਣੇ ਜਿਹੜੇ ਮਸਲੇ ਆ ਇਸ ਗੌਰਮੈਂਟ ਦੇ ਪਿੜ ਦੇ ਵਿੱਚ ਰੱਖਣੇ ਚਾਹੀਦੇ ਆ, ਔਰ ਕੋਸ਼ਿਸ਼ ਕਰੀਏ ਆਪਾਂ ਸਾਰੇ ਰਲ ਮਿਲ ਕੇ ਵੱਧ ਚੜ੍ਹ ਕੇ ਇੱਕ ਦੂਜੇ ਦੇ ਨਾਲ ਸਹਿਯੋਗ ਕਰਕੇ, ਅਤੇ ਆਪਾਂ ਆਪਣੀ ਕੌਮ ਨੂੰ ਆਪਣੇ ਭਾਈਚਾਰੇ ਨੂੰ ਇਸ ਭਾਈਚਾਰੇ ਦੇ ਵਿੱਚ ਮਿਲਾ ਕੇ, ਅਤੇ ਆਪਾਂ ਸਿੱਖ ਕੌਮ ਨੂੰ ਬੁਲੰਦੀਆਂ ਦੇ ਉੱਤੇ ਲਿਆਈ। ਬਹੁਤ ਬਹੁਤ ਸ਼ੁਕਰੀਆ ਪਮਰਾ ਸਾਹਿਬ, ਗੁਸਤਾਖੀ ਮਾਫ, ਮੈਂ ਬਹੁਤ ਚਿਰਾਂ ਬਾਅਦ ਤੁਹਾਨੂੰ ਮਿਲਿਆ, ਮੈਂ ਰੈਕੋਗਨਾਈਜ਼ ਨਹੀਂ ਕਰ ਸਕਿਆ। ਇਹ ਵਿਚਕਾਰ ਨੇ ਦੋਸਤੋ ਇਸ ਵੇਲੇ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ ਦੇ ਪ੍ਰੈਜ਼ੀਡੈਂਟ, ਔਰ ਖਾਸ ਤੌਰ ਦੇ ਉੱਤੇ ਇੰਡੀਆ ਦੀ ਜਿਹੜੀ ਲੋਕ ਸਭਾ ਇਲੈਕਸ਼ਨ ਹੈ ਉਸ ਕੰਪੇਨ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਗਿੱਲ ਮੁੱਲਾਪੁਰ, ਔਰ ਖਾਸ ਤੌਰ ਦੇ ਉੱਤੇ ਮੈਂ ਗੁਰਮੀਤ ਸਿੰਘ ਹੋਰਾਂ ਨੂੰ ਨਾਲ ਦੀ ਨਾਲ ਇਹ ਬੇਨਤੀ ਵੀ ਕਰਨੀ ਚਾਹਾਂਗਾ ਕਿ ਤੁਸੀਂ ਪੰਜਾਬ ਦੇ ਵਿੱਚ ਜਾ ਰਹੇ ਹੋ, ਔਰ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਸਾਡੇ ਸਿਲੇਬਸ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਮਾੜੀ ਜੀ ਉਥਲ ਪੁਥਲ ਹੋਈ ਹੈ ਉਸ ਗੱਲ ਦੀ, ਔਰ ਇੱਥੇ ਦੀ ਰੋਸ਼ਨੀ ਜਿਹੜੀ ਹੈ ਸਿੱਖ ਕੌਮ ਦੀ ਜਾਗਰਕ ਰੂਹਾਂ ਦੀ ਰੋਸ਼ਨੀ ਜਿਹੜੀ ਹੈ ਉਹ ਆਪਣੇ ਨੁਮਾਇੰਦਿਆਂ ਨਾਲ ਉੱਥੇ ਜ਼ਰੂਰ ਸਾਂਝੀ ਕਰੋਗੇ। ਗੁਰਮੀਤ ਜੀ ਕੀ ਕਹੋਗੇ, ਅੱਜ ਤੁਹਾਡੇ ਕੀ ਵਿਚਾਰ ਨੇ? ਪਹਿਲਾਂ ਤਾਂ ਰਿਆੜ ਸਾਹਿਬ ਬਹੁਤ ਇਤਿਹਾਸਿਕ ਦਿਨ ਅੱਜ, ਇਸ ਦਿਨ 'ਤੇ ਮੈਂ ਸਾਰੀ ਹੀ ਸਿੱਖ ਕੌਮ ਨੂੰ, ਖਾਸ ਕਰ ਅਮੈਰੀਕਾ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਇਹ ਜਿਹੜੀ ਸ਼ੁਰੂਆਤ ਨਿਊ ਜਰਸੀ ਤੋਂ ਹੋਈ ਆ, ਜਿਹੜਾ ਸਾਡਾ 14 ਤਰੀਕ ਆ ਸਾਡੀ ਅਪ੍ਰੈਲ, ਉਹਨੂੰ ਸਿੱਖ ਡੇ ਵੱਲੋਂ ਇਹਨਾਂ ਨੇ ਮਾਨਤਾ ਦਿੱਤੀ ਹੈ ਸਟੇਟ ਨੇ, ਔਰ ਜਿਹੜਾ ਅਪ੍ਰੈਲ ਦਾ ਮਹੀਨਾ ਉਹਨੂੰ ਸਾਰੇ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਜਿਹੜਾ ਇਹਨਾਂ ਨੇ ਘੋਸ਼ਿਤ ਕੀਤਾ, ਇਹਦੀਆਂ ਸਾਰੀ ਕੌਮ ਨੂੰ ਲੱਖ ਲੱਖ ਵਧਾਈਆਂ। ਔਰ ਮੈਂ, ਕਿਉਂਕਿ ਮੈਂ ਖਾਲਸਾ ਦਰਬਾਰ ਬਰਲਿੰਗਟਨ ਗੁਰੂ ਘਰ ਦੀ ਸੰਗਤ ਬੰਨੀ ਹੋ ਵੀ ਸਾਰੀ ਅਮੈਰੀਕਾ ਦੀ ਸੰਗਤ ਨੂੰ ਵਧਾਈ ਦਿੰਦਾ। ਔਰ ਜਿਹੜੀ ਤੁਸੀਂ ਗੱਲ ਮੈਨੂੰ ਦੂਜੀ ਕਹੀ ਆ ਵੀ ਪੰਜਾਬ 'ਚ ਜਾ ਕੇ ਗੱਲ ਕਰਿਓ, ਮੈਂ ਬੈਠਾ ਆਪ ਹੀ ਸੋਚ ਰਿਹਾ ਸੀ, ਕਿਉਂਕਿ ਜਿਹੜਾ ਤੁਸੀਂ ਇੱਕ ਗੱਲ ਕਹੀ ਵੀ ਅੱਜ ਤੱਕ ਪੰਜਾਬ ਦੇ ਵਿੱਚ ਇਹ ਨਹੀਂ ਹੋਇਆ ਵੀ ਅਪ੍ਰੈਲ ਦੇ ਮਹੀਨੇ ਨੂੰ ਅਸੀਂ ਰੈਕੋਗਨਾਈਜ਼ ਕਰੀਏ। ਬਿਲਕੁਲ, ਔਰ ਇਹ ਮੈਂ ਤੁਹਾਡੇ ਨਾਲ ਪੱਕਾ ਮੈਂ ਵਾਅਦਾ ਕਰਦਾ, ਮੈਂ CM ਸਾਹਿਬ ਨੂੰ ਮਿਲ ਕੇ ਔਰ ਇਹ ਜ਼ੋਰਦਾਰ ਢੰਗ ਨਾਲ ਮੰਗ ਰੱਖੂੰਗਾ ਜਾ ਕੇ ਕਿ ਪੰਜਾਬ ਦੇ ਵਿੱਚ ਵੀ ਅਸੀਂ ਅਪ੍ਰੈਲ ਮਹੀਨੇ ਨੂੰ ਸਿੱਖ ਮੰਥ ਦੇ ਤੌਰ 'ਤੇ ਅਸੀਂ ਮਨਾਈਏ। ਇੱਕ ਮੈਂ ਵੀ CM ਸਾਹਿਬ ਨੂੰ ਚਿੱਠੀ ਜ਼ਰੂਰ ਦੇਵਾਂਗਾ, ਤੁਹਾਡੇ ਹੱਥ ਦੇਵਾਂਗਾ, ਤੁਸੀਂ ਮੈਨੂੰ ਦਿਓ, ਮੈਂ ਮੇਰੀ ਗੱਲ ਮੰਨਦੇ ਨੇ। ਔਰ ਹਾਂਜੀ ਹਾਂਜੀ, ਤੁਸੀਂ ਵੀ ਮੰਨਦੇ ਨੇ, ਪਰ ਆਪਾਂ ਸਾਰੇ ਹੀ ਕਹੋਗੇ ਕਿ ਜਦੋਂ ਕੋਈ ਬੰਦਾ
ਇਲੈਕਸ਼ਨ ਲੜਦਾ ਉਦੋਂ ਪਹਿਲਾਂ ਉਹ ਕਿਸੇ ਪਾਰਟੀ ਦਾ ਸੰਬੰਧਿਤ ਹੁੰਦਾ, ਜਦੋਂ ਕਿਸੇ ਅਹੁਦੇ 'ਤੇ ਪਹੁੰਚ ਜਾਂਦਾ ਮੁੱਖ ਮੰਤਰੀ ਬਣਦਾ ਸਾਰੇ ਪੰਜਾਬ ਦਾ ਹੁੰਦਾ, ਨਾ ਕਿਸੇ ਪਾਰਟੀ ਦਾ ਹੁੰਦਾ। ਬਿਲਕੁਲ, ਇਸ ਕਰਕੇ ਉਹ ਸਾਰੇ ਹੀ ਪੰਜਾਬੀਆਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਕੋਲ ਵੀ ਇਹ ਮਸਲਾ ਉਠਾਵਾਂਗੇ। ਬਾਕੀ ਅੱਜ ਜਿਹੜਾ ਤੁਸੀਂ ਵੀ ਜਸ ਟੀ ਵੀ ਦੇ ਜਿਹੜਾ ਤੁਸੀਂ ਰਾਹੀਂ ਤੁਸੀਂ ਸਾਰੀ ਸੰਗਤ ਨੂੰ ਅਵੇਅਰ ਕਰ ਰਹੇ ਹੋ, ਇਹਦਾ ਵੀ ਬਹੁਤ ਬਹੁਤ ਤੁਹਾਡਾ, ਜਸ ਟੀ ਵੀ ਦਾ ਵੀ ਧੰਨਵਾਦ, ਖਾਸ ਕਰ ਰਿਆੜ ਸਾਹਿਬ ਤੁਹਾਡਾ। ਔਰ ਮੈਂ ਇੱਕ ਹੋਰ ਵੀ ਗੱਲ ਕਹਿਣੀ ਚਾਹੁੰਦਾ ਇੱਥੇ, ਵੀ ਸਾਡੀ ਜਿਹੜੀ ਸਾਰੀ ਹੀ ਸਿੱਖ ਕੌਮ ਆ ਸਾਡੀ ਅਮੈਰੀਕਾ ਦੇ ਵੱਸਦੀ ਆ, ਨਿਊਜਰਸੀ ਤੋਂ ਅਸੀਂ ਸ਼ੁਰੂਆਤ ਕੀਤੀ ਆ, ਮੈਂ ਚਾਹੁੰਦਾ ਵੀ ਸਾਰੀਆਂ ਹੀ ਸਟੇਟਾਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਜਿਹੜੇ ਮੁੱਦੇ ਰਾਹੀਂ ਤੁਹਾਨੂੰ ਸੁਣਨਗੇ, ਸਾਨੂੰ ਸੁਣਨਗੇ, ਉਹ ਇਦੂ ਬਾਅਦ ਜਿਵੇਂ ਭਾਅ ਜੀ ਡਾਕਟਰ ਸਾਹਿਬ ਬੈਠੇ ਨੇ ਸਾਰੇ, ਭਾਅ ਜੀ ਹਰਜਿੰਦਰ ਸਿੰਘ ਵਿਦੇਸ਼ਾ ਸਾਹਿਬ ਸਾਰਿਆਂ ਨੇ ਇਹਨਾਂ ਨਾਲ ਸੰਪਰਕ ਕਰਕੇ ਕਿਵੇਂ ਇਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਆ, ਔਰ ਇਹ ਗਾਈਡ ਕਰਨ ਸਾਰੀਆਂ ਸਟੇਟਾਂ ਨੂੰ, ਕਿਉਂਕਿ ਇਦੂ ਬਾਅਦ ਜਿਹੜਾ ਇਹਨਾਂ ਨੇ ਕਿਹਾ ਨਾ ਵੀ ਅਸੀਂ ਇੱਕ ਅਮੈਰੀਕਾ ਦੇ ਵਿੱਚ ਫੈਡਰਲ ਤੌਰ 'ਤੇ ਇਹ ਦਿਨ ਮਨਾਈਏ, ਪੂਰੇ ਅਮੈਰੀਕਾ 'ਚ ਇਹ ਦਿਨ ਹੋਵੇ, ਇੰਨਾ ਕਹਿੰਦਾ ਮੈਂ ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਜਿੱਥੇ ਧੰਨਵਾਦ ਕਰਦਾ, ਜਿੱਥੇ ਧੰਨਵਾਦ ਕਰਦਾ ਗੁਰਮੀਤ ਜੀ ਹੋਰਾਂ ਦਾ, ਉੱਥੇ ਮੈਂ ਸੁਰਿੰਦਰ ਸ਼ਰਮਾ ਜੀ ਦਾ ਧੰਨਵਾਦ ਕਰਦਾ ਜਿਹੜੇ ਕੌਮ ਦੀ ਨਿਸ਼ਕਾਮ ਸੇਵਾ ਕਰਦੇ ਨੇ। ਗੁਰਦੁਆਰਾ ਪਾਈਨ ਹਿੱਲ ਤੋਂ ਪੱਟੀ ਸਾਹਿਬ ਕੀ ਕਹਿਣਾ ਚਾਹੋਗੇ? ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ। ਖੜ੍ਹੇ ਹੋ ਕੇ ਗੱਲ ਕਰੋ ਭੱਟੀ ਸਾਹਿਬ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਦਾ ਦਿਨ ਬੜਾ ਹੀ ਖੁਸ਼ੀ ਭਰਿਆ ਦਿਨ ਹੈ, ਕਿਉਂਕਿ ਅਸੀਂ ਤਾਂ ਲੋਕਲ ਨਿਊਜਰਸੀ ਦੇ ਇੱਥੇ ਮੈਂਬਰ ਹਾਂ, ਅਤੇ ਅਸੀਂ ਇਸ ਵਿਸ਼ੇ 'ਤੇ ਸਰਦਾਰ ਹਰਜਿੰਦਰ ਸਿੰਘ ਉਹਨਾਂ ਨਾਲ ਕਾਫੀ ਕੰਮ ਕੀਤਾ, ਪਰ ਅਸੀਂ ਬਿਹਾਈਂਡ ਦਾ ਸੀਨ ਹੁੰਦੇ ਹਾਂ, ਅਸੀਂ ਸਪੋਰਟ ਰਹੇ ਹਾਂ ਇਹਨਾਂ ਦੇ, ਅਤੇ ਇਹ ਇੱਕ ਵੱਡੀ ਅਚੀਵਮੈਂਟ ਹੈ ਨਿਊਜਰਸੀ ਵਾਸਤੇ, ਜਿਹੜੀ ਸਾਨੂੰ ਸਿੱਖ ਡੇ ਅਵੇਅਰਨੈਸ 'ਤੇ ਜਿਹੜਾ 14 ਅਪ੍ਰੈਲ ਦਾ ਵਿਸਾਖੀ ਸਿੱਖ ਡੇ ਮਿਲਿਆ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਸਾਨੂੰ ਇੰਡੀਆ ਦੇ ਵਿੱਚ ਤਾਂ ਇੱਕ ਕੰਪਲੀਟਲੀ ਇਗਨੋਰ ਕੀਤਾ ਜਾਂਦਾ ਹੈ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਵੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ, ਕਿਉਂਕਿ ਹੱਕ ਤੁਹਾਨੂੰ ਮੰਗਿਆ ਮਿਲਦੇ ਨੇ, ਕਿਸੇ ਨੇ ਦੇਣੇ ਨਹੀਂ ਗੇ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਬਾਕੀ ਇਸ ਚੀਜ਼ 'ਤੇ ਸਾਨੂੰ ਬੜੀ ਖੁਸ਼ੀ ਹੈ, ਸਾਰੀ ਸਮੁੱਚੀ ਸਿੱਖ ਕੌਮ ਨੂੰ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੈ, ਇਸ ਡੇ ਦੀ ਅਸੀਂ ਜਿਹੜੀ ਪ੍ਰਾਪਤੀ ਦੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਸ ਨਿਊਜਰਸੀ ਸਟੇਟ ਗੌਰਮੈਂਟ ਦਾ, ਜਿਨ੍ਹਾਂ ਨੇ ਸਾਨੂੰ ਰੈਕੋਗਨਾਈਜ਼ ਦਿੱਤਾ, ਸਾਨੂੰ ਆਪਣੇ ਨਾਲ ਲਾਇਆ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਨੂੰ ਇਸੇ ਤਰ੍ਹਾਂ ਐਕਟਿਵ ਰੱਖਣ ਵਾਸਤੇ ਫਿਊਚਰ ਵਿੱਚ। ਸੋ ਇੰਨੇ ਕੁ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦੇ ਮੈਂ ਸਹਿਯੋਗ ਦੀ ਔਰ ਤੁਹਾਡੇ ਸਾਰਿਆਂ ਦੇ ਹਰ ਤਰ੍ਹਾਂ ਦੇ ਸਹਿਯੋਗ ਦੀ ਮੈਂ ਤੁਹਾਡੀ ਸ਼ਲਾਘਾ ਵੀ ਕਰਦਾ। ਦੋਸਤੋ, ਸਿੱਖ ਕੌਮ ਦੇ ਨਿਊਜਰਸੀ ਸਟੇਟ ਤੋਂ ਬਹੁਤ ਹੀ ਉੱਦਮ ਅਤੇ ਉਤਸ਼ਾਹ ਦੇ ਨਾਲ ਮੈਂ ਸਮਝਾਂਗਾ ਕਿ ਕੱਲ੍ਹ ਤੋਂ ਚੱਲੇ ਹੋਏ ਕਦਮ ਜਿਹੜੇ ਨੇ ਉਹ ਬਕਾਇਦਾ ਤੌਰ ਦੇ ਉੱਤੇ ਕੱਲ੍ਹ ਤੋਂ ਚੱਲੇ ਹੋਏ ਨਿਊਜਰਸੀ ਸਟੇਟ ਅਸੈਂਬਲੀ ਤੋਂ ਚੱਲੇ ਹੋਏ ਕਦਮ ਜਿਹੜੇ ਨੇ ਕੈਪੀਟਲ ਹਿੱਲ ਵੱਲ ਵੱਧ ਰਹੇ ਨੇ, ਔਰ ਬਕਾਇਦਾ ਤੌਰ ਦੇ ਉੱਤੇ ਕੱਲ੍ਹ ਇਹ ਕਦਮਾਂ ਦਾ ਕਾਫਲਾ ਬਕਾਇਦਾ ਤੌਰ ਦੇ ਉੱਤੇ ਕੈਪੀਟਲ ਹਿੱਲ ਦੇ ਉੱਤੇ ਪਹੁੰਚ ਜਾਏਗਾ। ਉੱਥੇ ਦੀਆਂ ਕਾਰਵਾਈਆਂ ਨੂੰ ਬਕਾਇਦਾ ਤੌਰ ਦੇ ਉੱਤੇ ਜਸ ਬ੍ਰੌਡਕਾਸਟਿੰਗ ਤੁਹਾਨੂੰ ਘਰ ਘਰ ਦੇ ਵਿੱਚ ਨਸ਼ਰ ਕਰੇਗਾ। 3 ਦਿਨ ਦਾ ਇਹ ਸਬੱਬ ਇੱਕ ਇਤਿਹਾਸਕ ਸਬੱਬ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਾਂਗਾ ਰੂਹਾਂ ਤੋਂ ਲੈ ਕੇ ਕੌਮ ਦੇ ਇਤਿਹਾਸ ਨੂੰ ਔਰ ਆਉਣ ਵਾਲੀਆਂ ਨਸਲਾਂ ਨੂੰ ਰੌਸ਼ਨ ਕਰਨ ਦਾ ਕੰਮ ਜਿਹੜਾ ਉਹ ਕਰ ਸਕੇ। ਪਰਮਾਤਮਾ ਅੱਗੇ ਦੁਆ, ਐਨੀ ਕੁਐਸਚਨ ਹੋਵੇ ਤੁਸੀਂ ਈਮੇਲ ਕਰ ਸਕਦੇ ਹੋ riyad@justbroadcasting.com ਔਰ info@justbroadcasting.com। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ, ਪ੍ਰੋਗਰਾਮ ਦੇ ਆਖਰੀ ਪੜਾਅ ਵੱਲ ਨੂੰ ਵੱਧ ਰਹੇ ਹਾਂ। ਅਸੀਂ ਇਹਦੇ ਲਈ ਸ਼ੁਕਰਗੁਜ਼ਾਰ ਹੈ ਕੈਲੀਫੋਰਨੀਆ ਤੋਂ ਸੈਨੇਟਰ ਜਿਹੜੇ ਡੈਮੋਕ੍ਰੈਟਿਕ ਸੈਨੇਟਰ ਨੇ ਜੌਨ ਗਰਮੈਂਡੀ, ਔਰ ਪੈਨਸਲਵੇਨੀਆ ਦੇ ਸੈਨੇਟਰ ਜਿਹੜੇ ਨੇ ਪੈਟ੍ਰਿਕ ਟੌਮੀ, ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਨਾਲ ਨੇ, ਦੋਨੋਂ ਵੱਡੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਯੂਨਾਈਟਿਡ ਸਟੇਟ ਦੀਆਂ, ਉਹਨਾਂ ਨੇ ਸਿੱਖ ਕੌਮ ਨੂੰ ਨਵਾਜ਼ਿਆ ਕੈਲੀਫੋਰਨੀਆ, ਅਤੇ ਦੂਜੇ ਪਾਸਿਓਂ ਪੈਨਸਲਵੇਨੀਆ, ਜਿਹਦੇ ਵਿੱਚ ਮੈਂ ਜ਼ਰੂਰ ਕਹਾਂਗਾ ਭਾਅ ਜੀ ਜੁਗਰਾਜ ਦਾ ਪੈਨਸਲਵੇਨੀਆ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਮੈਂ ਸਲਿਊਟ ਕਰਦਾ ਉਸ ਸ਼ਖਸੀਅਤ ਨੂੰ, ਆਪ ਭਾਵੇਂ ਪਿੱਛੇ ਰਹਿੰਦੇ ਨੇ, ਵਰਕ ਦੇ ਵਿੱਚ ਬਹੁਤ ਅੱਗੇ ਰਹਿੰਦੇ ਨੇ। ਕੀ ਕਹੋਗੇ ਜੀ ਆਪਣੇ ਵੱਧਦੇ ਕਦਮ ਜਿਹੜੇ ਕਿ ਕੱਲ੍ਹ ਪਹੁੰਚ ਰਹੇ ਨੇ ਕੈਪੀਟਲ ਹਿੱਲ ਸਵੇਰੇ? ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ ਇਸੇ ਲਾਈਨਸ 'ਤੇ ਹੈ ਜਿੱਦਾਂ ਨਿਊਜਰਸੀ ਦਾ ਸਟੇਟ ਲੈਵਲ 'ਤੇ ਸੀ, ਇਹ ਫੈਡਰਲ ਲੈਵਲ 'ਤੇ ਹੈ। ਇਹਦੀ ਡੀਟੇਲਸ ਇਸ ਤਰ੍ਹਾਂ ਨੇ, ਕਿਉਂਕਿ ਹਾਊਸ ਦੇ ਵਿੱਚ ਬੜਾ ਲਿਮਿਟਿਡ ਟਾਈਮ ਦਿੱਤਾ ਜਾਂਦਾ, ਉੱਥੇ ਸਿਰਫ 90 ਸੈਕਿੰਡ ਦੀ ਸਟੇਟਮੈਂਟ ਜਿਹੜਾ ਕਾਂਗਰਸਮੈਨ ਦੇ ਸਕਦੇ ਨੇ। ਤਾਂ ਜੌਨ ਗਾਰਮੈਂਡੀ ਜਿਹੜੇ ਨੇ, ਜਿਸ ਤਰ੍ਹਾਂ ਕਿ ਪੈਟ੍ਰਿਕ ਮੀਹਨ ਨੇ ਪਿਛਲੇ ਸਾਲ 2017 ਦੇ ਵਿੱਚ HR 189 ਨੂੰ ਇੰਟਰੋਡਿਊਸ ਕੀਤਾ, ਉਸੇ ਲਾਈਨਸ ਦੇ ਵਿੱਚ ਉਹਨੂੰ ਦੁਬਾਰਾ ਉਹਨੂੰ ਪੇਸ਼ ਕਰਨਗੇ, ਕਿਉਂਕਿ ਇਹ ਬਿੱਲ ਜਿਹੜਾ ਹਾਲੇ ਇੰਟਰੋਡਿਊਸਡ ਹੈ, ਇਹਦੇ ਸਪੋਂਸਰ ਜਿਹੜੇ ਅਸੀਂ ਐਡ ਕਰ ਰਹੇ ਹਾਂ। ਜਦੋਂ ਐਨਫ ਸਪੋਂਸਰ ਕਾਂਗਰਸਮੈਨ ਹੋ ਜਾਣਗੇ, ਉਦੋਂ ਇਹ ਬਿੱਲ ਜਿਹੜਾ ਵੋਟ ਕੀਤੇ ਇਹਨੂੰ ਪਾਸ ਕੀਤਾ ਜਾਏਗਾ। ਇਸੇ ਲਾਈਨਸ 'ਤੇ ਜਿਹੜੀ US ਸੈਨੇਟ ਹੈ, ਉਹਦੇ 'ਚ ਪੈਟ੍ਰਿਕ ਟੂਮੀ ਜਿਹੜੇ ਕਿ ਰਿਪਬਲਿਕਨ ਸੈਨੇਟਰ ਨੇ ਪੈਨਸਲਵੇਨੀਆ ਤੋਂ, ਉਹਨਾਂ ਨੇ ਸੈਨੇਟ ਦੇ ਵਿੱਚ ਅਨਲਿਮਿਟਿਡ ਟਾਈਮ ਹੁੰਦਾ, ਉਹਨਾਂ ਨੇ 5-7 ਮਿੰਟ ਦੀ ਸਟੇਟਮੈਂਟ ਜਿਹੜੀ ਹੈ
ਉਹ ਸਟੇਟਮ ਪੜ੍ਹਨੀ ਹੈ। ਉਸ ਵੇਲੇ ਇਹ ਆਪਣੇ US ਹਾਊਸ ਦੇ ਵਿੱਚ ਵੀ ਅਤੇ US ਸੈਨੇਟ ਵਿੱਚ ਵੀ ਜਿਹੜੇ ਸਿੱਖ ਲੀਡਰਸ ਨੇ ਨੌਰਥ ਈਸਟ ਕੋਸਟ, ਈਸਟ ਕੋਸਟ, ਈਵਨ ਕੈਲੀਫੋਰਨੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ ਹੁਣੀ ਆਏ ਨੇ, ਇਹ ਅਸੀਂ ਸਾਰੇ ਅਸੀਂ ਹਾਊਸ ਦੀ ਅਤੇ ਸੈਨੇਟ ਦੀ ਗੈਲਰੀ ਵਿੱਚ ਪ੍ਰੈਜੈਂਟ ਹੋਵਾਂਗੇ ਜੀ। ਅਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਇਹਨਾਂ ਕਾਂਗਰਸਮੈਨ ਅਤੇ ਸੈਨੇਟਰਸ ਨਾਲ ਸਾਡੀ ਇੰਟਰਵਿਊਜ਼ ਨੇ, ਮੀਡੀਆ ਨੂੰ ਚਾਂਸ ਮਿਲੇਗਾ, ਵੀਲ ਪ੍ਰੋਪੋਗੇਟ ਤੁਹਾਡੇ ਚੈਨਲ ਦੇ ਥਰੂ, ਜਸ ਪੰਜਾਬੀ ਦੇ ਥਰੂ ਇਹ ਮੈਸੇਜ ਜਿਹੜਾ ਅਸੀਂ ਵਰਲਡ ਦੇ ਵਿੱਚ ਲੈ ਕੇ ਜਾਵਾਂਗੇ। ਵਿਦੇਸ਼ਾ ਜੀ, ਮਾਈਕ ਤੁਹਾਡੇ ਕੋਲ ਜਾ ਰਿਹਾ। ਇਹ ਇਹਨਾਂ ਸਾਰੇ ਉਪਰਾਲਿਆਂ ਦੇ ਉੱਤੇ ਮੈਂ ਸਮਝਾਂਗਾ ਕਿ ਮਨ ਖੁਸ਼ ਵੀ ਜ਼ਰੂਰ ਹੁੰਦਾ, ਪਰ ਅਸੀਂ ਇਹਨਾਂ 3 ਦਿਨਾਂ ਨੂੰ ਬਹੁਤ ਸਰਗਰਮੀ ਦੇ ਨਾਲ ਨਿਭਾ ਕੇ ਉਸ ਤੋਂ ਬਾਅਦ ਠੰਡੇ ਨਾ ਪੈ ਜਾਈਏ, ਆਪਣੀ ਰੂਟੀਨ ਦੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ ਸ਼ਾਮਿਲ ਕਰ ਲਈਏ, ਰੂਟੀਨ ਦੇ ਕੰਮਾਂ ਦੇ ਵਿੱਚ, ਰੂਟੀਨ ਦੀ ਜੌਬ ਦੇ ਵਿੱਚ ਇੱਕ ਕਿਸਮ ਦਾ ਸ਼ਾਮਿਲ ਕਰ ਲਈਏ, ਤਾਂ ਜੋ ਕਿ ਇਹ ਸਾਰਾ ਸਾਲ ਹੀ ਇਹ ਵਰਕਆਊਟ ਜਿਹੜਾ ਉਹ ਸਾਡੇ ਦੀਦਿਆਂ ਦੇ ਵਿੱਚੋਂ ਨਾ ਵਿਸਰੇ। ਆਖਰੀ ਸ਼ਬਦ ਕੀ ਕਹੋਗੇ ਰਿਆੜ ਸਾਹਿਬ? ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਵੀ ਰੂਟੀਨ ਦੇ ਵਿੱਚ, ਤੁਹਾਨੂੰ ਯਾਦ ਹੋਵੇਗਾ ਲਾਸਟ ਈਅਰ ਜਦੋਂ ਅਪ੍ਰੈਲ ਦੇ ਮਹੀਨੇ ਬਾਰੇ ਬਿੱਲ ਪਾਸ ਹੋਇਆ ਸੀ, ਉਸ ਟਾਈਮ ਵੀ ਤੁਸੀਂ ਇਹ ਕੁਐਸਚਨ ਕੀਤਾ ਸੀ ਜੀ, ਔਰ ਜਿਹੜਾ ਕੱਲ੍ਹ ਪ੍ਰੋਗਰਾਮ ਹੋਇਆ ਉਹਦੇ ਨਤੀਜੇ ਆ ਗਏ, ਦਾ ਨਤੀਜਾ ਸੀ ਬਿਲਕੁਲ ਬਿਲਕੁਲ। ਔਰ ਬਾਕੀ ਕਰੇ ਕਰਾਵੇ ਆਪਣੇ ਆਪ ਮਾਨਸ ਕੇ ਕਿਸ ਨਹੀਂ ਯਾਦ ਜੀ, ਅਕਾਲ ਪੁਰਖ ਦੀ ਕਿਰਪਾ ਹੋਵੇ ਔਰ ਸਾਰੇ ਭਾਈਚਾਰੇ ਦਾ, ਕਮਿਊਨਿਟੀ ਦਾ ਸਾਥ ਹੋਵੇ ਜੀ, ਅਤੇ ਤੁਹਾਡੇ ਵਰਗੇ ਮੀਡੀਏ ਦਾ ਸਾਥ ਹੋਵੇ ਤਾਂ ਕੋਈ ਵੀ ਕੰਮ ਨਹੀਂ ਰਹਿੰਦਾ। ਗੁਰੂ ਮਹਾਰਾਜ ਆਪੇ ਬਖਸ਼ਿਸ਼ ਕਰਦਾ। ਗੱਲ ਚੱਲੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਜਦੋਂ ਈਸਟ ਕੋਸਟ ਕਮੇਟੀ ਬਣੀ ਸੀ, ਔਰ ਉਸਦੇ ਮਸਲੇ ਚੱਲਦੇ ਚੱਲਦੇ ਸਿੱਖਾਂ ਦੀ ਆਈਡੈਂਟੀ ਦੀ ਗੱਲ ਚੱਲੀ, ਇੱਥੇ ਜਿਹੜਾ ਉਹ ਮਸਲਾ ਸੀ ਉਹ ਵੀ ਤਕਰੀਬਨ ਨੇੜੇ ਲੱਗ ਚੁੱਕਿਆ ਜੀ, ਬੇਅਦਬੀ ਵਾਲਾ ਦੋਸ਼ੀ ਫੜੇ ਜਾ ਰਹੇ ਨੇ, ਗੱਲ ਚੱਲ ਰਹੀ ਹੈ ਉੱਧਰ ਨੂੰ। ਔਰ ਜਿਹੜਾ ਸਾਡਾ ਸਿੱਖਾਂ ਦੀ ਸਿੱਖ ਨੈਸ਼ਨੈਲਿਟੀ ਦਾ ਅਤੇ ਆਪਣੇ ਆਈਡੈਂਟੀ ਦਾ ਇਸ਼ੂ ਸੀ ਉਰੇ ਅਮੈਰੀਕਾ 'ਚ, ਉਹ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਸ ਪਾਸੇ ਨੂੰ ਚੱਲਿਆ, ਅਤੇ ਇਹ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ, ਔਰ ਅਸੀਂ ਸਾਰੇ ਹੀ ਰਲ ਕੇ ਜੋ ਸਭ ਤੋਂ ਹੋਏਗਾ। ਥੈਂਕ ਯੂ ਵਿਦੇਸ਼ਾ ਜੀ, ਵੱਧ ਕਰਾਂਗੇ। ਥੈਂਕ ਯੂ ਵਿਦੇਸ਼ਾ ਜੀ, ਮੈਨੂੰ ਲੱਗਦਾ ਕਿ ਸੋਚ ਦੇ ਤੌਰ ਦੇ ਉੱਤੇ ਔਰ ਜ਼ਮੀਰ ਦੇ ਤੌਰ ਦੇ ਉੱਤੇ ਵਿਦੇਸ਼ ਦੇ ਵਿੱਚ ਵਸਦਾ ਸਿੱਖ, ਚਾਹੇ ਉਹ ਕਿਸੇ ਵੀ ਧੜੇ ਨਾਲ ਵੰਡਿਆ ਹੋਵੇ, ਅੱਜ ਦੀ ਤਰੀਕ ਦੇ ਵਿੱਚ ਇਹੋ ਜਿਹੀ ਰੌਸ਼ਨੀ ਦੇ ਵਿੱਚ ਉਹ ਬਕਾਇਦਾ ਤੌਰ ਦੇ ਉੱਤੇ ਜਾਗਦੀ ਸੋਚ ਔਰ ਜਾਗਦੀ ਜ਼ਮੀਰ ਨੂੰ ਹਮੇਸ਼ਾ ਬੁਲੰਦ ਅਤੇ ਕਾਇਮ ਰੱਖੇ। ਇਹੀ ਮੇਰੀ ਸੱਚੇ ਪਾਤਸ਼ਾਹ ਔਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਹੈ, ਔਰ ਬਕਾਇਦਾ ਤੌਰ ਦੇ ਉੱਤੇ ਹਰ ਸਿੱਖ ਜਿਹੜਾ ਉਹ ਆਪਣੇ ਧਰਮ ਲਈ ਔਰ ਆਪਣੇ ਕਰਮ ਲਈ ਡੈਡੀਕੇਟਡ ਹੈ। ਮੈਂ ਇੱਕ ਵਾਰੀ ਜਿੱਥੇ ਪਹੁੰਚੇ ਹੋਏ ਖਾਸ ਤੌਰ ਦੇ ਉੱਤੇ ਸਮੁੱਚੇ ਵੱਖ ਵੱਖ ਗੁਰੂ ਘਰਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਲਿਊਟ ਕਰਦਾ, ਉਹਨਾਂ ਨੂੰ ਜੀਐ ਆਖਦਾ, ਉਹਨਾਂ ਦਾ ਧੰਨਵਾਦ ਕਰਦਾ ਜਿੰਨੇ ਵੀ ਕਦਮ ਚੱਲ ਕੇ ਇੱਥੇ ਆਏ ਨੇ। ਉੱਥੇ ਖਾਸ ਤੌਰ ਦੇ ਉੱਤੇ ਮੈਂ ਸਿੱਖ ਕਾਕਸ ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹੜੀ ਹੈ ਉਹ ਦੋਨਾਂ ਜਥੇਬੰਦੀਆਂ ਦਾ ਖਾਸ ਤੌਰ ਦੇ ਉੱਤੇ ਧੰਨਵਾਦ ਕਰਦਾ, ਜਿਹੜੀਆਂ ਕਿ ਇਸ ਚੀਜ਼ ਨੂੰ ਬਕਾਇਦਾ ਤੌਰ 'ਤੇ ਅਗਵਾਈ ਕਰਕੇ ਅੱਗੇ ਲੈ ਕੇ ਜਾਂਦੀਆਂ ਨੇ। ਔਰ ਖਾਸ ਤੌਰ ਦੇ ਉੱਤੇ ਡਾਕਟਰ ਪ੍ਰਿਤਪਾਲ ਸਿੰਘ, ਜਿਹੜੇ ਕਿ ਮੈਂ ਸਮਝਾਂਗਾ ਕਿ ਜਦੋਂ ਕੰਮ ਹੁੰਦਾ ਕੌਮ ਦਾ ਉਹ ਕਦੇ ਸਿਆਟਲ ਹੁੰਦੇ ਨੇ, ਕਦੇ ਕੈਲੀਫੋਰਨੀਆ ਹੁੰਦੇ ਨੇ, ਨਿਊਯਾਰਕ ਤੋਂ ਸੱਦਾ ਆ ਗਿਆ ਨਿਊਯਾਰਕ ਹੁੰਦੇ ਨੇ, ਨਿਊਯਾਰਕ ਤੋਂ ਪਹੁੰਚ ਕੇ ਤੀਜੇ ਦਿਨ ਪਤਾ ਲੱਗਦਾ ਵਾਸ਼ਿੰਗਟਨ DC ਹੁੰਦੇ ਨੇ। ਇਹਨਾਂ ਦੀਆਂ ਐਫਰਟਸ ਨੂੰ ਮੈਂ ਸਲੂਟ ਕਰਦਾ, ਭਾਅ ਜੀ ਹਰਜਿੰਦਰ ਸਿੰਘ ਹੋਰਾਂ ਦੀਆਂ ਐਫਰਟਸ ਨੂੰ ਸਲਿਊਟ ਕਰਦੇ ਹਾਂ, ਔਰ ਰਾਜਪਿੰਦਰ ਸਿੰਘ ਵਿਦੇਸ਼ਾ ਨਿਸ਼ਕਾਮ ਸੇਵਕ ਨੇ, ਔਰ ਖਾਸ ਤੌਰ ਦੇ ਉੱਤੇ ਭਾਅ ਜੀ ਜੁਗਰਾਜ ਸਿੰਘ ਗਰੇਵਾਲ, ਉਹਨਾਂ ਦਾ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ। ਪ੍ਰੋਗਰਾਮ ਦੇ ਵਿੱਚ ਕੋਈ ਗਲਤੀ, ਗੁਸਤਾਖੀ, ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਖਿਮਾ ਦੇ ਜਾਚਕ ਹੈ। ਕੋਈ ਵੀ ਸਵਾਲ ਹੋਵੇ ਐਨੀ ਟਾਈਮ ਈਮੇਲ ਮੀ riyad@justbroadcasting.com ਔਰ info@justbroadcasting.com। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਇਜਾਜ਼ਤ ਦਿਓ। ਰੱਬ ਰੱਖਾ ਤੁਹਾਡਾ ਨਾਚੀਜ਼ ਹਰਵਿੰਦਰ ਰਿਆੜ।